ਸੁਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪਰ ਤੱਕ ਗੁਰੂ ਨਿਸਤਾਰੇ साहिब कमाल श्री गुरु गोबिंद सिंह जी महाराज वालों चलाई गई दमदमी टकसाल के बारहवें मुखी सचखंड वासी ज्ञानी गुरबचन सिंह जी वालों दसम पातशाह के पावन स्वरूप धन धन श्री गुरु ग्रंथ साहिब जी की बाणी की संपूर्ण लड़ीवार कथा आरंभ होने जा रही है। दरबार साहिब संत ज्ञानी हरनाम सिंह जी खालसा पिंडरां वाले मुखी दमदमी टकसाल जथा पिंडरां महिता अमृतसर। सतगुरु जी साजी नवा जी गुरु खालसा साहब संगे जी सतगुरु जी ने अमृत रूप बाणी श्री जल साहब के अंदर मूल मंत्र वाहिगुरु के स्वरूप का लक्षण किया है। पहली पौड़ी के अंदर शरीर करके पवित्रता, बाणी करके चुप बटनी, बरत आदि को रखने, शास्त्रां दीआं सिआणपां, मन दे रोकण नाल इक वी कोई कम नहीं दिंदी, गुरु साहब दे उपदेश की प्राप्ति करके फिर मोख इच्छा हो सत्यारा होकालिक मुक्ति की इच्छा कसम की है, उसकी प्राप्ति हुक्म रजाई चलना नानक लिखिया नाल विच कहा है। वह हुक्म भावे सारा कहा नहीं जाता, सारे आकार उसके हुक्म द्वारा होए है, जिन्हें उच्चे नीवे हैं जेडे होमे नूं बुझ लेंदे है, वह होमे तो वह हुक्म नूं जेडे बुझण वाले होमे तो ममता नहीं कहिंदे मुक्त हो जाते हैं। उस परमेश्वर नूं कौन दा सकदा उहदे बल नूं, जिहनें के हरन तन जाता नेत्र होर किसका मंत्र न जाने होर, उहदे तान नूं उहदियां वडियाईआं नूं किसे दे विच ताकत नहीं कोई उगा सके। असन करन वालिआं दी टोट नहीं आउंदी, परमेश्वर दी कथा अनंत है। असन करन वाले थक जाते हैं, परमेश्वर दाता दाता ताईं दिंदा है हमेशा लई, हुक्म दे राह चला के उह बेपरवाह रहिंदा है। इस प्रकार जो कार ब्रह्म परमेश्वर है ਉਹ ਸੱਚਾ ਹੈ ਸਾਹਿਬ, ਉਹਦੀ ਨਾਂ ਵੀ ਸੱਚਾ ਹੈ, ਅਤੇ ਉਸਦੇ ਅੱਗੇ ਅੰਮ੍ਰਿਤ ਵੇਲੇ ਜਿਹੜਾ ਸਿਮਰਨ ਕਰਨਾ ਹੈ ਭੇਟਾ ਰੱਖ ਕਰਕੇ ਦਰਜ ਪ੍ਰਵਾਨਿਕ ਹੋਈਦਾ ਹੈ। ਅੱਗੇ ਪੰਜਵੀਂ ਪੌੜੀ ਵਿੱਚ ਪਰਮੇਸ਼ੁਰ ਤੇ ਉਹਦਾ ਖਾਤਿਆ ਹੋਇਆ ਮੂਰਤੀਮਾਨ ਨਹੀਂ ਹੈ, ਇਹਦਾ ਪੈਦਾ ਕੀਤਾ ਪੁੱਤਰ ਵੀ ਨਿਆਈ ਨਹੀਂ ਹੈ, ਉਹ ਸਦਾ ਆਪੇ ਆਪ ਨਵੇਂ ਸਿੱਧ ਸਰੂਪ ਹੈ, ਗੁਰਾਂ ਦੁਆਰਾ ਜਿਹਨਾਂ ਨੇ ਸੁਣਿਆ ਹੈ ਮਹਾਰਾਜ ਦੇ ਨਾਮ ਨੂੰ ਅਤੇ ਮਨਨ ਕੀਤਾ ਹੈ, ਮਨ 'ਚ ਪ੍ਰੇਮ ਕੀਤਾ, ਉਹਨੂੰ ਪ੍ਰਾਪਤੀ ਹੋਈ ਹੈ। ਛੇਵੀਂ ਪੌੜੀ ਵਿੱਚ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਤੀਰਥਾਂ 'ਤੇ ਇਸ਼ਨਾਨ ਕਰਨਾ, ਜੇ ਉਸਦਾ ਭਾਣਾ ਮੰਨਿਆ ਜਾਵੇ ਤਾਂ ਹੀ ਸਫਲਾ ਹੈ, ਬਿਨਾਂ ਭਾਏ ਤੋਂ ਉਸਦੇ ਨਹਾ ਕੇ ਕੀ ਫਲ ਪ੍ਰਾਪਤ ਕਰਾਂਗੇ, ਜਿੰਨੀ ਸਾਰੀ ਸ੍ਰਿਸ਼ਟੀ ਹੈ ਕਮਾਈ ਤੋਂ ਬਿਨਾਂ ਕਿਸੇ ਨੂੰ ਕੋਈ ਹੱਕ ਨਹੀਂ ਆਇਆ। ਇਸ ਪ੍ਰਕਾਰ ਸਤਿਗੁਰਾਂ ਨੇ ਕਸਮ ਕੀਤਾ ਹੈ, ਸਤਿਗੁਰਾਂ ਨੇ ਇੱਕੋ ਸਿੱਖਿਆ ਬੁਝਾਈ ਹੈ ਕਿ ਸਾਰਿਆਂ ਦੀਆਂ ਇੱਕ ਦਾਤਾ ਹੈ, ਉਹ ਕਦੇ ਭੁੱਲ ਨਾ ਜਾਵੇ। ਜੇ ਯੁੱਗ ਦੀ ਪੌੜੀ ਵੀ ਹੈ 24 ਯੁੱਗ ਦੀ ਵੀ ਉਮਰ ਹੋ ਜਾਵੇ, ਦੁਨੀਆਂ 'ਚ ਨਵਾਂ ਖੰਡਾਂ 'ਚ ਮਸ਼ਹੂਰ ਹੋ ਜਾਈਏ, ਸਾਰੀ ਦੁਨੀਆਂ ਨਾਲ ਜਲੂਸ ਕੱਢ ਕੇ ਤੁਰ ਪਵੇ, ਪਰ ਵਾਹਿਗੁਰੂ ਦੀ ਨਜ਼ਰ ਤੋਂ ਬਗੈਰ ਇਹੀ ਜੀ ਹਾਲਤ ਹੋ ਜਾਂਦੀ, ਕੋਈ ਗੱਲ ਨਹੀਂ ਪੁੱਛਦਾ ਕੀੜਿਆਂ 'ਚੋਂ ਕੀੜਾ ਇਕੱਠ ਕੀਤਾ ਜਾਂਦਾ ਹੈ। ਵਾਹਿਗੁਰੂ ਮੇਰਾ ਨਿਰਗੁਣਾਂ 'ਤੇ ਵੀ ਗੁਣ ਕਰਨ ਵਾਲਾ, ਜਿਹੜੇ ਗੁਣ ਦਾ ਹੰਕਾਰ ਕਰਦੇ ਉਹਨਾਂ ਦੀ ਗੱਲ 'ਚ ਸਾਹੀ ਪਾਉਣ ਵਾਲਾ ਹੈ, ਇਹੋ ਜਿਹਾ ਕੋਈ ਨਹੀਂ ਦੂਜਾ ਜਿਹੜਾ ਪਰਮੇਸ਼ੁਰ 'ਤੇ ਉਪਕਾਰ ਕਰ ਸਕੇ। ਅੱਗੇ 'ਚੋਂ ਪੌੜੀਆਂ 'ਚ ਮਹਾਰਾਜ ਨਾਮ ਦੇ ਸਰਵਨ ਦੀ ਮਹਿਮਾ ਕਹੀ ਹੈ, ਪਰਮੇਸ਼ੁਰ ਦੇ ਨਾਮ ਨੂੰ ਸੁਣ ਕੇ ਸਾਰੇ ਜਿੰਨੇ ਬਜ਼ੁਰਗ ਹਨ ਨਾਮ ਦੀ ਮਹਿਮਾ ਨੂੰ ਸਭ ਗਾ ਰਹੇ ਆ, ਸਾਰੇ ਉੱਚ ਪਦਵੀਆਂ ਨੂੰ ਪ੍ਰਾਪਤ ਹੋਏ ਹੈ। ਕਿਉਂ ਪੌੜੀਆਂ 'ਚ ਮਹਾਰਾਜ ਮੰਨਣ ਦੀ ਮਹਿਮਾ ਕਹੀ ਹੈ, ਉਹਨੂੰ ਤਾਂ ਮੰਨਣ ਦੀ ਰੀਤੀ ਕਹੀ ਨਹੀਂ ਜਾਂਦੀ, ਜੇ ਤੂੰ ਕਵੇ ਤਾਂ ਪਛਤਾਵਾ ਹੀ ਹੁੰਦਾ ਹੈ, ਪਰ ਜਿੰਨੀ ਕਹੀ ਜਾਂਦੀ ਹੈ ਪਰਮੇਸ਼ੁਰ ਦੇ ਨਾਮ ਦੇ ਮੰਨਣ ਕਰਕੇ ਪਰਮੇਸ਼ੁਰ ਦੀ ਗਿਆਤ ਹੁੰਦੀ ਹੈ, ਮਨ ਅੰਦਰ ਬੋਧ ਹੋ ਜਾਂਦਾ ਹੈ, ਸਾਰੇ ਲੋਕਾਂ ਦੀ ਖਬਰ ਹੋ ਜਾਂਦੀ ਹੈ ਜੋ ਕੁਛ ਸੰਸਾਰ 'ਚ ਵਰਤਾਰਾ ਵਰਦਾ ਹੈ। ਐਸੇ ਪਰਮੇਸ਼ੁਰ ਦੇ ਨਾਮ ਜੋਣ ਵਾਲੇ ਜਵਾਂ ਦੇ ਸਾਥ ਨਹੀਂ ਜਾਂਦੇ, ਉਹ ਪੁਰਖ ਮੁਕਤ ਹੋ ਜਾਂਦੇ ਹੈ। ਜਿਹੜਾ ਪਰਮੇਸ਼ੁਰ ਦੇ ਨਾਮ ਦਾ ਮੰਨ ਕਰਦਾ ਹੈ ਉਹ ਨਿਰਮਲ ਦਾ ਰੂਪ ਹੋ ਜਾਂਦਾ ਹੈ, ਪਰਮੇਸ਼ੁਰ ਦੇ ਨਾਮ ਦੇ ਮੰਨਣ ਵਾਲਿਆਂ ਨੂੰ ਰਸਤੇ 'ਚ ਕੋਈ ਰੋਕ ਨਹੀਂ ਕਿਸੇ ਪ੍ਰਕਾਰ ਦੀ ਪੈ ਸਕਦੀ। ਮਹਾਰਾਜ ਦੇ ਨਾਮ ਜਪਣ ਵਾਲੇ ਮੰਨਣ ਵਾਲਾ ਜਿਹੜਾ ਉਹ ਮੁਕਤੀ ਦੇ ਦੁਆਰ ਗਿਆਨ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਹੈ, ਸਾਰੇ ਪਰਿਵਾਰ ਨੂੰ ਸੁਧਾਰ ਲੈਂਦਾ ਹੈ, ਲਾਇਕ ਬਣ ਜਾਂਦਾ, ਆਪ ਵੀ ਕਰ ਜਾਂਦਾ ਹੈ, ਗੁਰੂ ਦੀ ਸਿੱਖੀ ਨੂੰ ਧਾਰ ਕੇ ਹੋਰਨਾਂ ਨੂੰ ਵੀ ਤਾਰਦਾ, ਜਹਾਜ਼ ਵੀ ਨਹੀਂ ਉਹਦਾ ਜੀਵਨ ਹੋ ਜਾਂਦਾ ਹੈ, ਸੰਸਾਰ ਦੀਆਂ ਜੂਨਾਂ ਰੂਪੀ ਸਿੱਖਿਆ ਵਿੱਚ ਨਹੀਂ ਉਹ ਪਾਉਂਦਾ ਜੋ ਪਰਮੇਸ਼ੁਰ ਦੇ ਨਾਮ ਦਾ ਮੰਨਣ ਕਰਨ ਵਾਲਾ ਪੁਰਖ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਮੰਨਣ ਦੀ ਮਹਿਮਾ 'ਚੋਂ ਪੌੜੀਆਂ 'ਚ ਕਹੀ ਹੈ। ਹੁਣ ਅੱਗੇ ਸੱਚੇ ਪਾਤਸ਼ਾਹ ਨੇ ਅਧਿਆਤਮ ਦੀ ਬਾਬਤ ਉਚਾਰਨ ਕੀਤਾ ਪੌੜੀ ਵਿੱਚ। ਪਹਿਲਾਂ ਜੋ ਪਰਮੇਸ਼ੁਰ ਦੇ ਨਾਮ ਦਾ ਪੰਜਾਂ ਵਿਕਾਰਾਂ ਨੂੰ ਰੋਕ ਕਰਕੇ ਜਿਹੜੇ ਪ੍ਰਧਾਨ ਹੋਏ ਹੈ, ਪੰਜਾਂ ਸਤਸੰਗ ਪੁਰਖਾਂ ਨੂੰ ਧਾਰ ਕੇ ਪ੍ਰਮਾਣਿਕ ਹੋਏ ਹੈ,
ਇਹ ਨਿਧਿਆਸਨ ਦਾ ਸਰੂਪ ਕਿਹਾ ਹੈ। ਅੰਤਾਂ ਕਾ ਗੁਰੇਗ ਧਿਆਨ ਵਿੱਚ ਨਿਧਿਆਸਨ ਦਾ ਵਿਸ਼ਾ ਕਥਨ ਕੀਤਾ ਹੈ। ਅੱਗੇ ਮਹਾਰਾਜ ਸਾਹਿਬ ਜੀ ਨੇ ਨਿਧਿਆਸਨ ਕਮਾਈ ਕਰਨ ਵਾਲੇ ਇਹਨਾਂ ਨੂੰ ਫਲ ਦੀ ਪ੍ਰਾਪਤੀ ਬ੍ਰਹਮ ਗਿਆਨ ਦੀ ਪ੍ਰਾਪਤੀ ਕਹੀ ਹੈ। ਉਹ ਬ੍ਰਹਮ ਗਿਆਨੀ ਪੁਰਖ ਜਿਹੜੇ ਉਹਨਾਂ ਦੀ ਕਿੰਨਾ ਕੁ ਕਿਸ ਪ੍ਰਕਾਰ ਦੀ ਹਾਲਤ ਹੈ ਤਾਂ ਆਪ ਜੀ ਨੂੰ ਕਹਿਤਾ ਤਾਂ ਸਵਾਲਿਓ ਰੂਪ ਉਹਨਾਂ ਦੀ ਸੁੰਦਰਤਾ ਜਿਹੜੀ ਪ੍ਰਾਪਤ ਹੋਈ ਇਸ ਰੂਪ ਦੀ ਉਹ ਕਿਤਨੀ ਸਲਾਹੁਣੇ ਯੋਗ ਸਲਾਹੀਏ ਅਤੇ ਉਹਨਾਂ ਦੇ ਰੂਪ ਦੀ ਜੋ ਪ੍ਰਾਪਤੀ ਉਹਨੂੰ ਸੱਚੇਨੰਦ ਰੂਪ ਉਹ ਕਿਤਨੀ ਸਿਫਤ ਕਰੀਏ ਸਿਫਤ ਨਹੀਂ ਕੀਤੀ ਜਾਂਦੀ। ਕਿੰਨੀ ਕੁ ਬ੍ਰਹਮ ਗਿਆਨੀ ਦਾਤ ਦੇ ਸਕਦੇ ਹੈ ਇਹ ਦਾਤ ਵੀ ਕੌਣ ਅਸਾਦੀ ਜਾਂ ਕਿਸ ਵਿੱਚ ਕੁਬਤ ਹੈ ਜਿਹੜਾ ਦੱਸ ਸਕੇ। ਉਹਨਾਂ ਨੇ ਫਿਰ ਸਾਧਨ ਕਿਹੜਾ ਕੀਤਾ? ਕਹਿੰਦੇ ਸਾਰਿਆਂ ਸਾਧਨਾਂ ਦਾ ਵਿਸਾਰਾ ਇੱਕ ਓਂਕਾਰ ਜੋ ਪਰਮੇਸ਼ਵਰ ਦਾ ਨਾਮ ਹੈ, ਇੱਕ ਜੋ ਵਾਕ ਹੈ ਵਾਹਿਗੁਰੂ ਮੰਤਰ, ਉਸਦੇ ਜਾਪ ਕਰਕੇ ਸਾਰੇ ਸਾਧਨਾਂ ਦੇ ਪ੍ਰਤੱਖ ਹੋਏ ਹੈ। ਉਸ ਪਰਮੇਸ਼ਵਰ ਦੇ ਲਖ ਸਰੂਪ ਨੂੰ ਪਾ ਕੇ ਗਰਵੀ ਭੂਤ ਹੋ ਗਏ, ਝੜੇ ਰਹਿੰਦੇ, ਦਰਿਆ ਦੀ ਨਿਆਈ ਨਿਰਮਲ ਰਹਿੰਦੇ ਹਨ ਤੇ ਸਾਰਿਆਂ ਦੇ ਤਾਂ ਤਰਸ ਕਰਕੇ ਪਰਮੇਸ਼ਵਰ ਦੇ ਨਾਮ ਦੀ ਨਗਨਤਾ ਲਾ ਦਿੰਦੇ ਹੈ। ਲੱਖਾਂ ਦਰਿਆ ਬ੍ਰਹਿਮੰਡ ਜਿਸ ਪਰਮੇਸ਼ਵਰ ਤੋਂ ਹੋਏ ਉਹਦਾ ਰੂਪ ਹੀ ਉਲਟ ਕੇ ਬ੍ਰਹਮ ਦੇਵਤੇ ਹੋ ਗਏ ਹਨ। ਉਹਨਾਂ ਦੀ ਸ਼ਕਤੀ ਜਿਹੜੀ ਹੈ ਕਿੰਨੀ ਕੁ ਕਥਨ ਕਰੀਏ, ਉਹਨਾਂ ਦਾ ਵਰਣ ਨਹੀਂ ਕੀਤਾ ਜਾਂਦਾ ਕਿ ਰੋਮ ਵੀ ਉਸ ਬ੍ਰਹਮ ਗਿਆਨੀਆਂ ਦਾ ਅਤੇ ਉਹ ਇਹ ਤੱਤ ਵਿੱਚ ਹੁਣ ਜਿਹੜੀ ਤੁਹਾਨੂੰ ਪਾਉਂਦੀ ਹੈ, ਚਾਹੇ ਜੇ ਤਾਂ ਮਨ 'ਚ ਵਿਕਾਰਾਂ ਦਾ ਫੁਰਨਾ ਫੁਰੇ ਤਾਂ ਨਿਸ਼ਕਾਮ ਕਰਮ ਕਰੋ, ਜੇ ਕਰਕੇ ਮਨ ਚੰਚਲ ਵੇਖੋ ਤਾਂ ਪਰਮੇਸ਼ੁਰ ਦੀ ਭਗਤੀ ਕਰੋ, ਜੇ ਕਰਕੇ ਭਗਤੀ ਕਰਕੇ ਅਚਲ ਹੋ ਗਿਆ ਤਾਂ ਪਰਮੇਸ਼ੁਰ ਦੇ ਗਿਆਨ ਦੇ ਵਿੱਚ ਸਥਿਤ ਹੋਵੋ। ਤੇਰਾ ਸਰੂਪ ਜਿਹੜਾ ਤੂੰ ਜਿਹੜਾ ਜੀਵ ਹੈ ਸਦਾ ਸਵਾਮ ਜੀ ਉਹ ਈਸ਼ਵਰ ਹੈ, ਇਹ ਦੋਵੇਂ ਨਿਰੰਕਾਰ ਅਕਾਲ ਪੁਰਖ ਦਾ ਰੂਪ ਹੋ। ਇਹ ਸੱਚੇ ਪਾਤਸ਼ਾਹ ਨੇ 16ਵੀਂ ਪੌੜੀ ਦੇ ਵਿੱਚ ਕਥਨ ਕੀਤਾ ਹੈ। ਹੁਣ 17ਵੀਂ ਪੌੜੀ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ। ਅਸੰਖ ਜਪ ਅਸੰਖ ਭਾਵ ਪ੍ਰਸ਼ਨ ਕੀਤਾ, ਮਹਾਰਾਜ ਸ੍ਰਿਸ਼ਟੀ ਕਈ ਪ੍ਰਕਾਰ ਦੀ ਹੈ ਤਾਂ ਮਹਾਰਾਜ ਸਨ ਕਿ ਭਾਈ ਰਾਜਸੀ ਸਾਂਤ ਤਾਮਸੀ ਸਾਂਤਕੀ ਤਿੰਨ ਪ੍ਰਕਾਰ ਦੀ ਸ੍ਰਿਸ਼ਟੀ ਹੈ। ਫਿਰ ਮਹਾਰਾਜ ਜੀ ਜਿਹੜੀ ਸਾਂਤਕੀ ਸ੍ਰਿਸ਼ਟੀ ਹੈ ਉਹਦਾ ਪਹਿਲਾਂ ਕਥਨ ਕਰੋ ਦੇਵੀ ਸੰਤ ਵਾਲੀ ਦਾ, ਤਾਂ ਹਜ਼ੂਰ ਫਰਮਾਉਂਦੇ ਹਨ ਅਸੰਖ ਜਪ ਅਸੰਖ ਭਾਵ। ਅਸੰਖ ਗਿਣਤੀ ਦੇ ਰਹੇ, ਸੰਖ ਨਾਂ ਗਿਣਤੀ ਦਾ ਹੈ, ਅਸੰਖ ਨਾਂ ਅਣਗਿਣਤ ਦਾ ਹੈ। ਅਣਗਿਣਤੀ ਜਪ ਹੋਣਗੇ, ਅਣਗਿਣਤੀ ਜਪ ਕਰਨ ਵਾਲੇ ਹਨਗੇ, ਅਣਗਿਣਤੀ ਜਪਾਂ ਦੀਆਂ ਵਿਧੀਆਂ ਹਨ, ਅਣਗਿਣਤ ਹੀ ਜਪ ਦੇ ਕਥਨ ਕਰਨ ਵਾਲੇ ਗ੍ਰੰਥ ਹਨ, ਅਨੇਕਾਂ ਹੀ ਅਣਗਿਣਤੀ ਜਪਾਂ ਦੇ ਫਲ ਹੈ। ਇਹ ਪੰਜ ਪੰਜ ਤਰ੍ਹਾਂ ਦੀਆਂ ਚੀਜ਼ਾਂ ਹਰੇਕ ਨਾਲ ਵਰਤਣੀਆਂ ਪੈਣਗੀਆਂ। ਜਾਪ ਅਨੇਕ ਪ੍ਰਕਾਰ ਦੇ ਜਾਪ ਹੈ, ਅਨੇਕ ਪ੍ਰਕਾਰ ਦੇ ਜਾਪ ਕਰਨ ਵਾਲੇ ਹਨ, ਅਨੇਕ ਪ੍ਰਕਾਰ ਦਾ ਜਪਾਂ ਦਾ ਫਲ ਹੈ, ਅਨੇਕ ਪ੍ਰਕਾਰ ਦੀਆਂ ਜਪਾਂ ਦੀਆਂ ਵਿਧੀਆਂ ਹਨ, ਅਨੇਕਾਂ ਪ੍ਰਕਾਰ ਜਪਾਂ ਦੇ ਗ੍ਰੰਥ ਕਥਨ ਵਾਲੇ ਹਨ। ਇਸ ਪ੍ਰਕਾਰ ਅਸੰਖ ਭਾਵ ਤੇ ਅਣਗਿਣਤ ਪ੍ਰਕਾਰ ਦਾ ਭਾਵ ਪ੍ਰੇਮ ਹੈ, ਅਣਗਿਣਤ ਪ੍ਰਕਾਰ ਦੇ ਪ੍ਰੇਮ ਕਰਨ ਵਾਲੇ ਜੀਵ ਹਨ, ਅਣਗਿਣਤ ਪ੍ਰਕਾਰ ਦੇ ਪ੍ਰੇਮ ਦੇ ਫਲ ਹਨਗੇ, ਅਣਗਿਣਤ ਪ੍ਰਕਾਰ ਦੇ ਕਥਨ ਕਰਨ ਵਾਲੀਆਂ ਵਿਧੀਆਂ ਹਨ, ਅਣਗਿਣਤ ਪ੍ਰਕਾਰ ਦੇ ਗ੍ਰੰਥ ਜੋ ਉਹਦੇ ਤਾਂ ਕਥਨ ਕਰਨ ਵਾਲੇ ਹੈ, ਅਣਗਿਣਤ ਪ੍ਰਕਾਰ ਦੇ ਭਾਵ ਪ੍ਰੇਮ ਵਾਲੇ ਪੁਰਖ ਹਨਗੇ। ਅਸੰਖ ਪੂਜਾ ਅਸੰਖ ਤਪਤਾ ਅਸੰਖ ਗਿਣਤੀ ਤੋਂ ਰਹਿਤ ਹੀ ਪੂਜਾ ਦੇ ਪ੍ਰਕਾਰ ਹਨਗੇ, ਅਨੇਕ ਪ੍ਰਕਾਰ ਦੀ ਪੂਜਾ ਕਰਨ ਵਾਲੇ ਲੋਕ ਹਨਗੇ, ਅਨੇਕ ਪ੍ਰਕਾਰ ਦੀਆਂ ਪੂਜਾ ਦੀਆਂ ਵਿਧੀਆਂ ਹਨਗੀਆਂ, ਅਨੇਕ ਪ੍ਰਕਾਰ ਦੇ ਪੂਜਾ ਦੇ ਕਥਨ ਕਰਨ ਵਾਲੇ ਗ੍ਰੰਥ ਹਨਗੇ, ਅਨੇਕ ਪ੍ਰਕਾਰ ਦੇ ਪੂਜਾ ਦੇ ਫਲ ਹਨ। ਅਸੰਖ ਤਪਤਾ ਅਸੰਖ ਅਣਗਿਣਤ ਪ੍ਰਕਾਰ ਦਾ ਤਪ ਹੈ, ਰਾਜਸੀ ਕਾਮਸੀ ਸ਼ਾਂਤੀ ਆਦਿ ਭੇਜਾਂ ਕਰਕੇ ਅਣਗਿਣਤ ਪ੍ਰਕਾਰ ਦੇ ਤਪਾਂ ਦੇ ਕਰਨ ਵਾਲੇ ਕਰਨ ਵਾਲੇ ਹਨਗੇ, ਅਣਗਿਣਤੀ ਉਹਨਾਂ ਦੀਆਂ ਵਿਧੀਆਂ ਅਨੇਕਾਂ ਹੀ ਫਲ ਹਨਗੇ, ਅਨੇਕ ਪ੍ਰਕਾਰ ਦੇ ਗ੍ਰੰਥ ਉਹਨੂੰ ਕਥਨ ਕਰਦੇ ਹਨ। ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਅਣਗਿਣਤ ਹੀ ਐਸੇ ਗ੍ਰੰਥ ਪੁਸਤਕ ਹਨਗੇ ਜਿਨ੍ਹਾਂ 'ਚ ਵੇਦ ਦਾ ਪਾਠ ਮੁੱਖ ਰੱਖਿਆ ਹੋਇਆ ਹੈ। ਐਸੇ ਗ੍ਰੰਥ ਵੀ ਅਨੇਕਾਂ ਹਨਗੇ, ਉਪਨਿਸ਼ਦਾਂ ਆਦਿ ਜਿਹੜੀਆਂ ਹਨ ਉਹਦੇ 'ਚ ਵੇਦ ਦੇ ਪਾਠ ਨੂੰ ਮੁੱਖ ਰੱਖਿਆ ਹੋਇਆ ਹੈ। ਅਣਗਿਣਤੀ ਗ੍ਰੰਥ ਹਨਗੇ, ਅਣਗਿਣਤ ਪ੍ਰਕਾਰ ਦੇ ਉਹਨਾਂ ਦੇ ਕਥਨ ਕਰਨ ਵਾਲੇ ਕਾਵਿ ਵਾਲੇ ਲੋਕ ਹਨਗੇ, ਅਣਗਿਣਤ ਪ੍ਰਕਾਰ ਦੀਆਂ ਵਿਧੀਆਂ ਹਨ, ਅਨੇਕ ਪ੍ਰਕਾਰ ਦੇ ਫਲ ਹਨਗੇ, ਅਨੇਕ ਪ੍ਰਕਾਰ ਦੇ ਇਸ ਪ੍ਰਕਾਰ ਮੁੱਖ ਵੇਦ ਪਾਠ ਹੈ। ਮੁੱਖੋਂ ਵੇਦ ਦਾ ਪਾਠ ਕਰਨ ਵਾਲੇ ਵਿਦਵਾਨ ਹਨਗੇ, ਅਨੇਕ ਪ੍ਰਕਾਰ ਹੀ ਵੇਦ ਦਾ ਜਿਸ ਉਪਾਸ਼ਨਾ ਕਰਮ ਗਿਆਨ ਆਦਿ ਕਥਨ ਹੈ, ਅਨੇਕ ਪ੍ਰਕਾਰ ਦੇ ਵੇਦ ਦੇ ਪਾਠਕ ਲੋਕ ਹਨ, ਹੋਤਰੀ ਹਨਗੇ, ਸਾਧਕ ਹਨਗੇ, ਕਿ ਅਨੇਕ ਪ੍ਰਕਾਰ ਦੇ ਫਲ ਹਨ ਉਹਨਾਂ ਦੇ ਤਾਂ ਹੀ। ਮੁੱਖੋਂ ਵੇਦ ਦਾ ਪਾਠ ਕਰਨ ਵਾਲੇ ਜਾਗ ਵਾਲ ਕਾਵਿਕ ਵੇਦ ਪਾਠੀ ਵੀ ਅਣਗਿਣਤੀ ਹਨ। ਅਸੰਖ ਯੋਗ ਮਨ ਰਹੇ ਹੈ ਉਦਾਸ ਅਸੰਖ ਅਣਗਿਣਤ ਪ੍ਰਕਾਰ ਦਾ ਯੋਗ ਹੈ, ਮੰਤਰ ਯੋਗ, ਲੈ ਯੋਗ, ਹੱਥ ਯੋਗ, ਗਿਆਨ ਯੋਗ ਅਤੇ ਰਾਜ ਯੋਗ ਆਦਿਕ ਇਸ ਪ੍ਰਕਾਰ ਦੇ ਅਨੇਕ ਪ੍ਰਕਾਰ ਦੇ ਯੋਗ ਹਨ। ਮਨ ਰਹੇ ਹੈ ਉਦਾਸ ਅਨੇਕ ਪ੍ਰਕਾਰ ਦੇ ਉਦਾਸ ਪਾਈਆਂ ਦੇ ਕਹਿਣ ਵਾਲੇ ਪੁਸਤਕ ਹਨਗੇ,
अनेक प्रकार के उदासी पुरख होंगे, अनेक प्रकार उदासियां मन के दास होके रहेंगे। असंख भगत गुण ज्ञान विचार, अनेक प्रकार के भगत होंगे, अनेक प्रकार भगतियां होंगे। नवदा भगती आदिक, प्रेमा भगती, परा भगती आदिक, अपरा भगती आदिक, इस प्रकार अनेक प्रकार दिनिया भगती दया अनेक प्रकार के भगतान फल प्राप्त होंगे। गुण ज्ञान विचार, अनेक प्रकार के गुण होंगे, सर संतोष दया करण विचार आदिक, अनेक प्रकार के उन्होंने ज्ञान होंगे गुणा के, अनेक प्रकार के विचार वाले पुरख हैं। असंख सती असंख दातार, असंखी अनगिनती सती हरिचंद वर्गे जो सत रखने वाले हुए है, उन्होंने संखी के चूड़िया के पास जाके देखा सी दसा मित्र ने, फिर भी अपना सत रखे हरिचंद ने। इस प्रकार के सत वाले जेड़े अनगिनती सतिया जेड़िया स्त्रियां वड्डिया पिता समझदिया ने, बराबर भरा समझदिया, छोटे पुत्र समझदिया ने, एक पति वाले धर्म विच हन, अहियां सतिया भी अनगिनती हन गियां। सतिया नू अनेक प्रकार के फल, अनेक प्रकार के उन्होंने ग्रंथा दे विच कथन करने वाले तरीके, अनेक प्रकार दादिया विधिया हैं। असंख दाता, दाते लोग हैं, दाता के देने वाले हर एक प्रकार दिया जो जो किसी पदार्थ की कामना किसी नु है। असंख सूर मोह पाख सार, अनगिनती सूरमे हैं, राजसी सृष्टि इथों कहन लग गए, अनेक सूरमे हैं जेडे मुंह देते तकते हैं, खाते हैं सार लोहे न सामने। अब चार है सार की धार पछई है, बिना विचार तो काली नाल तलवार दियां धारां नूं पकदे आ खांदे आ, जिहड़े सूरमे सामने मथे हो के शस्त्रां नूं ग्रहण अंगीकार करदे आ, अपने दुश्मनां दे शस्त्रां नूं मार नूं खांदे हन, शहीदियां पाउंदे आ। इस प्रकार दे इस प्रकार राजसी सृष्टि कही है, सूरमे हनगे जिन्हां बाबत महाराज जी ने कहा, दे सेवावर मोह है शुभ कर्मन से कहू ना डरो, ना डरो और अरसों जब जाय लगो, निश्चय कर अपनी जीत करो, और सिख हो अपने मन को, ये लाल के है बनताओ चिरो, जब आप की और मैदान बने अति रंग में कर जू मरो। ये सूरमे दे लखन धन जी होते हैं को जग में, मुखते हर चित में जिद विचार है। इस प्रकार सूरमे जेड़े हैं अपने मुंह दे उत्ते सार लोहे दे शस्त्रां नूं पकदे खांदे है, सामने मथे ढालां तो बगैर ही सामना मुकाबला करने वाले, ये राजसी सृष्टि कसम कीती है। इसे नूं संत की सृष्टि जे कसम करना होवे फिर पढ़ो। असंख सूर मोह पाख सार, असंखी सूर में ऐसे हन बहादुर, सूरज जिन्होंने अंदर चमकदा है ज्ञान, मोह नू पखदे है खांदे है, सार रूप परमेश्वर की प्राप्ति करदे है, मोह नू नाश कर देंदे है। जिस प्रकार एक राज लड़का एक तपिया सी, वो दर्शन करने वास्ते ऋषि दे गया, ऋषि ने कहा कि तेरा पिता का नाम की, कहिंदा जी मेरे पिओ का नाम निर्मोह है, कहिंदे राजा की ते निर्मोह की, निर्मोह किवें हो सकदा है, कहन लगा जी ओर ना ही निर्मोह है, वो है भी निर्मोह ही, कह लगा मैनू तर्क लैन दे। उस वे जो राजपुत्र के शिकारी सी, राजपुत्र के बस लुहा करके शिकारियों तो जोड़ा उन्होंने शिकार मार के लिया, उस खून के नाल लीड़े प्यों के ऋषि जरा सी चले आ गया, जाके निर्मोह राजे के पास कह लगा, राजा मुखते राम का पल पल घड़ी घड़ी, कबर बनासो सिंह ने मेरे पास मड़ी, ये कहा तेरा जरा कौर सी शेर ने खा लिया। तो उस वे राजे निर्मोह ने कहा, पतिया तब क्यों छोड़े हो, इहां पलक नहीं सोग हो, परालब्ध जय मनुख सब सभी मुसाफिर लोग, ये कहा कि परालब्ध दे बस सारे शरीर है मुसाफिर खाने, जिमें कोई जावे ए सारे लोग दुनिया रूपी सांच आए है। ये सुन के हैरान हो गया, भी नाम निर्मोह सुनिया सी, ये निर्मोह भी ऐसा ही निकलिया। फिर राणी को गया, राणी ने कहन लगा, हे राणी तेरा पुत्र शेर ने मार दिता है। ते उस वक्त राणी ने कहा, हे तपिया इतना संसार जिमें दुनिया के अंदर बेड़ी का पूर चढ़ा हों, वो बेड़ी का पूर निकल के दरिया के पहले पास किधरे राह पै जाता कोई किधरे, इस तरह दुनिया की चाल है, तू क्यों पै कर दिया, तू क्यों तप छड़िया है। फिर राणी इस तेरे पुत्र की राणी के कोल गया, ओनू कहा, तो उसने कहा इसे प्रकार संसार के अंदर जो खेल है, जिम्मे बिरछ पंछी के पंछी होंगे जो बिरछ के रात को कट्ठे होंगे है, रात पई तो रात कट के दिन चढ़े तो सारे आपो अपने पास में उठ जाते हैं, ऐ दुनिया का जो करा लो संयोग है। सुन के हैरान हो गया कि सारा परिवार ही निर्मोह है,
ਸਤਿਓ ਰਿਸ਼ੀ ਨੂੰ ਪਰਖੇ ਸੀ ਨਰਮੋ ਰਾਜੇ ਦੇ ਤਾਈ ਤੋ ਮਹਾਰਾਜ ਕਹਿੰਦੇ ਹਨ ਅਸੰਖ ਸੂਰ ਮੋਹ ਪਖ ਸਾਈ ਸੂਰਮੇ ਬਹਾਦਰ ਐਸੇ ਹਨ ਜਿਹੜੇ ਮੋਹ ਦਾ ਭਖਣ ਕਰ ਨਿਰਮੋਹ ਰਹਿੰਦੇ ਹਨ ਸਾਰ ਰੂਪ ਦੀ ਪ੍ਰਾਪਤੀ ਕਰਦੇ ਹਨ ਅਸੰਖ ਮੋਹ ਲਿਵ ਲਾਏ ਤਾਰ ਵੀ ਮੋਹਨੀ ਪੁਰਖਣ ਗੇ ਇੱਕ ਗੁੰਗ ਮੋਹਨ ਹੈ ਜੜ ਮੋਹਨ ਹੈ ਕਾਸ਼ਟ ਮੋਹਨ ਹੈ ਤੇ ਗਿਆਨ ਮੋਹਨ ਹੈ ਗਿਆਨ ਮੋਹਨ ਦਾ ਜਿਹੜਾ ਗਿਆਨ ਪਾ ਕਰਕੇ ਜੈ ਮੈਂ ਨੈ ਮਮ ਨਾ ਮਮ ਸਭ ਕਲਪ ਪੇਸ਼ੀਨ ਪਰਮਾਤਮਾ ਪੂਰਨ ਸਗਲ ਜਾਨ ਮੋਹ ਦਾ ਲੀਨ ਸਾਰੇ ਚ ਪਰਮੇਸ਼ਰ ਨੂੰ ਪੂਰਨ ਜਾਣ ਕੇ ਜਿਹੜਾ ਮਨ ਦੇ ਸੰਕਲਪ ਮਿਲ ਜਾਣੇ ਇਹਦਾ ਨਾਮ ਮੋਹਨਤਾ ਹੀ ਹੈ ਐਸੇ ਜਿਹੜੇ ਮੋਹਨੀ ਹਨ ਇੱਕ ਮੋਹਨੀ ਹਨ ਜਿਹੜੇ ਕਾਸ਼ਟ ਵਾਂਗੂ ਲੱਕੜ ਵਾਂਗੂ ਹੱਥ ਕਰਕੇ ਮੋਹਨੀ ਕਰਦੇ ਇੱਕ ਗੁੰਗ ਮੋਹਨ ਜਵਾਨ ਦੇ ਵਿੱਚ ਕੋਈ ਪਹਿਲਾਂ ਤੋਂ ਪਹਿਲਾਂ ਬਿਮਾਰੀ ਨਾਲ ਫਰਕ ਪਿਆ ਹੁੰਦਾ ਗੁੰਗੇ ਮੋਹਨ ਹੁੰਦੇ ਹਨ ਇਸ ਪ੍ਰਕਾਰ ਇਹਨਾਂ ਮੋਹਨਾਂ ਵਿੱਚੋਂ ਗਿਆਨ ਮੋਹਨ ਵੱਧ ਕੇ ਹੈ ਅਣਗਿਣਤੀ ਐਸੇ ਮੋਹਨੀ ਹਨ ਜਿਹੜੇ ਲਿਵ ਤੇਲ ਧਾਰਾ ਵੱਤ ਲਾ ਕੇ ਉਸ ਪਰਮੇਸ਼ਰ ਜੁੜੇ ਰਹਿੰਦੇ ਹਨ ਅਨੇਕਾਂ ਹੀ ਮੋਹਨ ਦੀਆਂ ਪ੍ਰਕਾਰ ਹਨ ਵਿਧੀਆਂ ਗ੍ਰੰਥ ਆਦਿ ਹਨ ਕੁਦਰਤ ਕਵਲ ਕਹਾ ਵਿਚਾਰ ਉਸ ਤੋਂ ਉਸ ਪਰਮੇਸ਼ਰ ਦੀ ਕੁਦਰਤ ਜਿਹੜੀ ਸ਼ਕਤੀ ਹੈ ਉਹਦਾ ਵਿਚਾਰ ਕਿਤਨਾ ਤੁਹਾਡੇ ਤਾਈਂ ਦੱਸਣਾ ਕਰੀਏ ਕਸਮ ਨਹੀਂ ਕੀਤਾ ਜਾ ਸਕਦਾ ਵਾਰਿਆ ਨਾ ਜਾਵਾ ਇੱਕ ਵਾਰ ਵਰਣ ਨਹੀਂ ਕੀਤਾ ਜਾਂਦਾ ਉਸ ਪਰਮੇਸ਼ਰ ਦੇ ਜਸਦਾ ਇੱਕ ਰੋਮ ਮਾਤਰ ਵੀ ਅਤੇ ਕਿਸੇ ਪ੍ਰਕਾਰ ਵੀ ਕਸਮ ਦੇ ਅੰਦਰ ਆਉਂਦਾ ਨਹੀਂ ਹੈ ਉਹ ਪਰਮੇਸ਼ਰ ਜੋ ਤੁਧ ਭਾਵੈ ਸਾਈ ਭਲੀ ਕਾ ਉਸ ਤੋਂ ਵਾਹਿਗੁਰੂ ਦੀ ਰਜ਼ਾ ਦੇ ਚਲਣੇ ਕਰਕੇ ਉਹਦੀ ਪ੍ਰਾਪਤੀ ਹੁੰਦੀ ਹੈ ਇਉਂ ਬੇਨਤੀ ਕਰੀਏ ਹੈ ਪਰਮੇਸ਼ਰ ਜੋ ਆਪ ਨੂੰ ਪਾਉਂਦੀ ਹੈ ਉਹੀ ਕਾਰ ਚੰਗੀ ਹੈ ਭਲੀ ਹੈ ਸਦਾ ਸਲਾਮਤ ਨਿਰੰਕਾਰ ਵਾਹਿਗੁਰੂ ਤੂੰ ਸਦਾ ਸਦਾ ਪਿੱਛੇ ਵੀ ਸਲਾਮਤ ਇਸਤਤ ਰੂਪ ਸੀ ਹੁਣ ਵੀ ਸਦਾ ਸਦਾ ਸਲਾਮਤ ਇਸਤਤ ਰੂਪ ਹੈ ਅੱਗੇ ਨੂੰ ਇਹ ਨਿਰੰਕਾਰ ਤੂੰ ਸਦਾ ਵਾਸਤੇ ਹੋਵੇਗਾ ਕਿਉਂ ਉਸ ਪਰਮੇਸ਼ਰ ਦੇ ਸਰੂਪ ਤੇ ਨਿਸ਼ਚਾ ਕਰਨਾ ਚਾਹੀਦਾ ਸੁਣ ਕੇ ਸਿੱਧਾ ਨੂੰ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ ਇਸੇ ਪ੍ਰਕਾਰ ਨੂੰ ਸਿੱਖ ਮੁਖ ਦੁਆਰਾ ਪ੍ਰਸ਼ਨ ਹੈ ਮਹਾਰਾਜ ਜਿਹੜੇ ਪਰਮੇਸ਼ਰ ਨੂੰ ਜਪਦੇ ਹੈ ਉਹਨਾਂ ਨੂੰ ਕੀ ਲਾਭ ਪ੍ਰਾਪਤ ਹੁੰਦਾ ਹੈ ਗੁਰੂ ਅੰਗਦ ਸਾਹਿਬ ਦੇ ਪ੍ਰਸ਼ਨ ਦਾ ਉੱਤਰ ਗੁਰੂ ਸਾਹਿਬ ਜੀ ਕਹਿੰਦੇ ਹਨ ਅਸੰਖ ਮੂਰਖ ਅੰਧ ਘੋਰ ਹੁਣ ਮਹਾਰਾਜ ਤਾਂ ਸੀ ਕੀ ਦੀ ਬਾਬਤ ਕਸਮ ਕਰੋ ਸਿੱਧਾ ਨੂੰ ਪੁੱਛਿਆ ਤਾਂ ਗੁਰੂ ਮਹਾਰਾਜ ਸਾਹਿਬ ਉਚਾਰਨ ਕਰਦੇ ਨੇ ਸਿੱਧੋ ਅਸੰਖ ਮੂਰਖ ਅੰਧ ਘੋਰ ਅਸੰਖ ਅਣਗਿਣਤੀ ਮੂਰਖ ਲੋਕ ਹਨਗੇ ਜਿਹੜੇ ਬਾਣੀ ਕਰਕੇ ਵੀ ਮੂਰਖ ਹੈ ਇਹ ਅੰਧ ਘੋਰ ਜਿਹੜੇ ਮਨ ਕਰਕੇ ਵੀ ਅੰਧੇ ਹਨ ਇਹ ਘੋਰ ਭਿਆਨਕ ਸਰੀਰ ਕਰਕੇ ਵੀ ਭਿਆਨਕ ਕੰਮ ਕਰਦੇ ਰਹਿੰਦੇ ਹੈ ਇਉਂ ਮਨ ਬਾਣੀ ਸਰੀਰ ਕਰਕੇ ਜਿਹੜੇ ਮੂਰਖ ਹਨਗੇ ਉਹ ਵੀ ਅਣਗਿਣਤੀ ਹਨ ਮੂਰਖ ਉਹ ਪੁਰਸ਼ ਹੁੰਦਾ ਜਿਹਨੂੰ ਅਕਲ ਆਪੋ ਨਾ ਆਵੇ ਤੇ ਜੇ ਅਕਲ ਸਮਝਾਈਏ ਆ ਜਾਵੇ ਜਿਸ ਨੂੰ ਅਕਲ ਦਿੱਤੀ ਹੋਈ ਵੀ ਨਾ ਆਵੇ ਮੂਰਖ ਅੰਧ ਹੁੰਦਾ ਹੈ ਜਿਸ ਨੂੰ ਅਕਲ ਦਈਏ ਤੇ ਅੱਗੋਂ ਤਰਕ ਕਰੇ ਕਿ ਭਾਈ ਤੁਹਾਡੀ ਪੂਛ ਫੜ ਕੇ ਕਰ ਜਾਵਾਂਗੇ ਭਾਈ ਜੀ ਨੂੰ ਤਾਂ ਬਣਾ ਲਵੇ ਪਸ਼ੂ ਤੇ ਆਪ ਆਦਮੀ ਬਣਿਆ ਰਹੇ ਤੁਸੀਂ ਮਹਾਰਾਜ ਖੂਹ ਚ ਡਿੱਗੋ ਸੀ ਕਿਹੜੇ ਕੀ ਪਏ ਰਹਾਂਗੇ ਕਿਉਂ ਜਿਹੜਾ ਤਰਕ ਕਰਨ ਵਾਲਾ ਪੁਰਖ ਹੈ ਉਹ ਮੂਰਖ ਅੰਧ ਘੋਰ ਹੁੰਦਾ ਹੈ ਐਸਾ ਪੁਰਖ ਜਿਹੜਾ ਹੁੰਦਾ ਹੈ ਜੋ ਮਹਾਰਾਜ ਕਹਿੰਦੇ ਨੇ ਇਹੋ ਜਿਹੇ ਵੀ ਅਣਗਿਣਤੀ ਲੋਕ ਹਨਗੇ ਜਿਹੜੇ ਮੂਰਖਤਾਈ ਕਰਕੇ ਜਿਵੇਂ ਕਿਸੇ ਆਦਮੀ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਜਾ ਪੁੱਤਰ ਫਲਾਣੇ ਦੇ ਪਰਚਾਉਣੀ ਕਰਿਆ ਆਪਣਾ ਸੰਬੰਧੀ ਸੀ ਗੁਜ਼ਰ ਗਿਆ ਉਹ ਜਦੋਂ ਗਿਆ ਜਾ ਕੇ ਚੁੱਪ ਕੀਤਾ ਹੀ ਮੁੜਿਆ ਆਇਆ ਕਹਿਣ ਲੱਗਾ ਪੁੱਤਰ ਹੇ ਪੁੱਤਰ ਤੂੰ ਕੋਈ ਗੱਲ ਵਾ ਕੇ ਤਾਂ ਮੈਂ ਤਾਂ ਜੀ ਚੁੱਪ ਕੀਤਾ ਹੀ ਮੁੜਿਆ ਆਇਆ ਫਿਰ ਦੂਜੇ ਪੁੱਤਰ ਨੂੰ ਸਿਆਣਾ ਜਾਣ ਕੇ ਭੇਜਿਆ ਕਿ ਜਾ ਤੂੰ ਅਤੇ ਜੀ ਮੈਂ ਕਹਾਂ ਸੀ ਕਿ ਜਿਵੇਂ ਲੋਕ ਕਹਿੰਦੇ ਹੋਣਗੇ ਉਵੇਂ ਕਹਿ ਦੀ ਉਹ ਗਿਆ ਪਰਚਾਉਣੀ ਕਰਨ ਵਾਸਤੇ ਮਰਿਆ ਹੋਇਆ ਗੇ ਜਦੋਂ ਗਿਆ ਉੱਥੇ ਦੁਸ਼ਮਣ ਲੋਕ ਸੀ ਉਹਦੇ ਕਹਿੰਦੇ ਚੰਗਾ ਹੋ ਗਿਆ ਮਰ ਗਿਆ ਚੰਟਾ ਵਧਿਆ ਮੁੱਕਿਆ ਇਹ ਗੱਲ ਕਹੀ ਉਹਨਾਂ ਨੇ ਉਹ ਚੇਤੇ ਕਰ ਲਈ ਉਹਨੇ ਚੇਤੇ ਕਰਕੇ ਜਾ ਕੇ ਜਦੋਂ ਪਰਚਾਉਣੀ ਲਾ ਕੇ ਬੈਠਾ ਉਹਦੇ ਕਹਿੰਦੇ ਬੜਾ ਚੰਗਾ ਹੋ ਗਿਆ ਮਰ ਗਿਆ ਅਤੇ ਚੰਟਾ ਮੁੱਕ ਗਿਆ ਇਹ ਜਦੋਂ ਕਿਹਾ ਉਹਨੇ ਲੋਕਾਂ ਨੂੰ ਕੁੱਟਿਆ ਕਹਿੰਦੇ ਤੂੰ ਪਰਚਾਉਣੀ ਵਾਸਤੇ ਆਇਆ ਫਿਰ ਪਿਓ ਗਿਆ ਕਹਿੰਦੇ ਜੀ ਮੁੰਡੇ ਨੂੰ ਕੋਈ ਅਕਲ ਨਹੀਂ ਸੀ ਉਹ ਮੂਰਖ ਸੀ ਪਹਿਲਾਂ ਤਾਂ ਬੋਲਿਆ ਨਹੀਂ ਦੂਜਾ ਮੂਰਖਪਣੇ 'ਚ ਬੋਲ ਗਿਆ ਹੁਣ ਜੇ ਕੋਈ ਮਰਿਆ ਤਾਂ ਮੈਂ ਤੁਹਾਡੇ ਆਉਂ ਸੁਣ ਕੇ ਉਹ ਜਾ ਸਾਰਿਆਂ ਆਵਾ ਹੀ ਉੱਠ ਗਿਆ ਤੁਹਾਡਾ ਕਹਿੰਦੇ ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਹਨ ਮੂਰਖ ਜਿਹੜਾ ਬੱਚਾ ਪਹਿਲਾਂ ਸੀ ਤੇ ਮੂਰਖ ਅੰਧ ਸੀ ਜਿਹਨੇ ਉਲਟ ਕੀਤਾ ਇੱਕ ਹੋਰ ਮੂਰਖ ਪਿਓ ਸੀ ਤਿੰਨੇ ਇਸ ਪ੍ਰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਅਣਗਿਣਤੀ ਐਸੇ ਮੂਰਖ ਲੋਕ ਹਨਗੇ ਜਿਹੜੇ ਅੰਧ ਤਾਈ ਨੂੰ ਘੋਲਦੇ ਹੋਰ ਵੀ ਮਹਾਂਪੁਰਖ ਸਾਖੀ ਇਹ ਜੀ ਸੁਣਾਇਆ ਕਰਦੇ ਉਹ ਬਹੁਤ ਹੋਰ ਤਰ੍ਹਾਂ ਦੀ ਹੈ ਅਸੰਖ ਚੋਰ ਹਰਾਮ ਖੋਰ ਕਹਿੰਦੇ ਅਸੰਖ ਅਣਗਿਣਤੀ ਲੋਕ ਹਨਗੇ ਜਿਹੜੇ ਚੋਰੀ ਕਰਨ ਵਾਲੇ ਹੈ ਇੱਕ ਕਵਿਤਾ ਦੀ ਚੋਰੀ ਕਰਨ ਵਾਲੇ ਆਪਦਾ ਨਾਂ ਪਾ ਦੇਣਾ ਤੇ ਕਵਿਤਾ ਕਿਸੇ ਦੀ ਹੋਣੀ ਜਿਵੇਂ ਹਫੀ ਸਿੰਘ ਨੇ ਸਰਗੁਰੂ ਨਾਨਕ ਦੇਵ ਦੀ ਬਾਣੀ ਉਲਟ ਪੁਲਟ ਕਰਕੇ ਆਪਦਾ ਨਾਂ ਹਫੀ ਸਿੰਘ ਪਾਉਣ ਲੱਗ ਗਿਆ
माता सुंदरी जी ने कहा गुरु साहब के शब्दों को पलटना। ये कहने लगा मैं आपकी कविता बनाई है, क्योंकि माता ने साफ देता कहती जा जवानी ना भोगे पहले ही मर जावे, तू गुरबाणी नु उल्ट कर रहा है। क्यों हदीसों के नाल होई सी, क्यों बाणी की चोरी करने वाले जो लोग है उन्होंने दंड माता साहब ने आप दिता सी। इसे प्रकार एक कविता के चोर होंगे, एक साहब संघ जी धन के चोर होंगे, अगे तीजे ऐसे आदमी होंगे जो ऐब करके उगण करके अंदर लुको के रखते है। जो पूछो भी मैं तो चार वो चार है, मैं नहीं कोई क्रैद की है, पूरी रहत रखता झूठ बोलना। अब एक परमेश्वर के नाम तो भी चोर होंगे चौथे, जिन्हों बात मारो कहते कसके जो नाम न ले रहे बासा कोट पंचासा। जेडे मन के चोर उन्होंने बात कह कबीर जेते पाप के राखे तले गराए, परगट पे निदान साहब जब पूछे धर्म राय। जेडे किते आदमी ने गुनाह लुको के रखता है, पर जो धर्म राज ने हिसाब किताब किया तो सारे अंत न प्रगट हो जाने है। इसे प्रकार साहब जी धन के चोर जेड़े है, चोर की हामा भरे ना कोए, चोर की आ चंगा क्यों होए, चोर सवालो चोर सियाना, खोटे का मुल एक दुगाना, ये चोर की बात हजूर ने फरमाया है। इस प्रकार साहब सिंह जी चार प्रकार के चोर होंगे हैं। तो एक कविया की बात भी चार प्रकार के कवि है, एक कवि है भारजा, एक कवि है पूत, एक कवि है मित्रवर, एक कवि कवि अवधूत। कौन कवि है भारजा, कौन कवि है पूत, कौन कवि है मित्रवर, कौन कवि अवधूत। कहते हैं पाप चुराए भारजा, जरा किसी भी कविता चुरा इसी कवि है, इसी कवि समझना चाहिए है। अर्थ चुराए पूत, जरा किसी कवि का अर्थ चुरा के विचार भी करता रखो पुत्र कवि है। दृष्टांत चुराए मित्रवर, जरा किसी का दृष्टांत चुरा के आपकी कविता रहे मित्र है। सुते रचे अवधूत, जरा सुते रचे शुद्ध कवि हों। इस प्रकार के कविता के चोर भी हैं। तो महाराज साहब कहते हैं अणगिनती ऐसे चोर चोरियां करने वाले हैं, ते हराम नखिदाई नू किसे नू मार के खाना पीना, केड़ा घर घुट के खो लेना खिंज लेना, यूं हराम खान वाले भी पाप करने वाले भी अणगिनती हनगे। असंख अमर कर जाहे जोर, असंख अणगिनत ऐसे पुरख हनगे, मुसलमान मरी हुई चीज नू खान दा ना हराम समझदे है, वो अपनी हथी जरा मारने कुकड़ी आदि हलाल समझते है। कबीर साहब ने वचन किए है, कहने पकड़ जी मानिया दे बनासी माटी को बिस्मिल किया, जो स्वरूप अनाहक लागी को हलाल क्या किया। कहते हैं पकड़ के जीव लिया दे नाश करती, माटी का बिस्मिला कर दिता भी शुरू कर दे रब का नाम से गल ओदा वढ़ दिता। इस प्रकार कहने जोत जारी स्वरूप परमेश्वर की ओदा हथों रहत लगी हुई वाशना अनुसार चलेगी होर थां। दसो मिट्टी का तो कदम किया है, ते कौ हलाल क्या किया, हलाल किवें होया, कहते हराम ही किया जो कुछ किया है। इस प्रकार साहब संगे जी हराम निखिताई चीजां जिहड़ियां उल्ट होणगियां उन्हां नूं खोल खांदे हन। असंख अमर कर जाहे जोर, अणगिनत ऐसे भाख्या का कुठा बकरा खाना, चौंके उपर किसे न जाना, फिर सोधी कहोंदे कि साडे चौंके ते मत पिटा वे मत पिटा जाना, साडा फिटा तन फिटे फेर करेन, मन जूठे चुली भरेन, ए लोग हराम खोर हन। असंख अमर कर जाहे जोर, असंख अणगिनत ऐसे पुरख हनगे जेड़े अमर हुक्म जोर दे नाल दुनिया च करके जाते हैं। जिन्हें अमर देवतियां दे उत्ते भी जोरावरी दे नाल कैद कर ले सी रावण आदकां ने देवते, ये हुक्म करके आपदा जोरी वे चले जाते दुनिया च कूच कर जाते हैं। विच बाणी अमृत सारे, गुरबाणी कहे सेवक जनमाने, पर तक गुरु निस्तारे। साहिबे कमाल श्री गुरु गोबिंद सिंह जी महाराज वालों चलाई गई दमदमी टकसाल के बारहवें मुखी सचखंड वासी ज्ञानी गुरबचन सिंह जी वालों दसवें पातशाह के पावन स्वरूप धन धन श्री गुरु ग्रंथ साहिब जी की बाणी की संपूर्ण लड़ीवार कथा आरंभ होने जा रही है। धनवाद साहब संत ज्ञानी हरनाम सिंह जी खालसा पिंडरांवाले मुखी दमदमी टकसाल जथा पिंडरां महिता अमृतसर। बाणी
अमृत सारे गुरबाणी कहे सेवक जनमाने पर तक गुरु निस्तारे। साहिब कमाल श्री गुरु गोबिंद सिंह जी महाराज वालों चलाई गई दमदमी टकसाल के बारहवें मुखी सचखंड वासी ज्ञानी गुरबचन सिंह जी वालों दसम पातशाह के पावन स्वरूप धन धन श्री गुरु ग्रंथ साहिब जी की बाणी की संपूर्ण लड़ीवार कथा आरंभ होन जा रही है। धनवाद साहिब संत ज्ञानी हरनाम सिंह जी खालसा पिंडरां वाले मुखी दमदमी टकसाल जथा पिंडरां महिता अमृतसर। बकरे मारी जाने ते रुपए लई जाने इस तरह गल वड़न दी हत्या कमाउंदे रहिंदे अणगिणत लोक। कई किसे दे कोई गल करदा होवे ਕਿਸੇ ਦਾ ਸਾਕ ਨਾਤਾ ਹੋਵੇ ਤੇ ਜਾ ਕੇ ਉੱਥੇ ਉਹਦੀ ਗੱਲ ਵੱਢ ਦੇਣੀ ਕਹਿੰਦੇ ਜੀ ਜਿਵੇਂ ਮੁੰਡੇ ਦੀ ਮਿਰਗੀ ਆਪਣੇ ਜਿਵੇਂ ਮੰਗਣਾ ਹੋ ਗਿਆ ਹੁਣ ਮਿਰਗੀ ਵੀ ਹੜ ਜੂਗੀ। ਇਸ ਪ੍ਰਕਾਰ ਕਿਸੇ ਚੰਗੇ ਕੰਮ ਦੇ ਵਿੱਚ ਫਰਕ ਪਾ ਦੇਣਾ ਇਹ ਗੱਲ ਨੂੰ ਵੱਢਣਾ ਹੈ ਇਹਦੀ ਗੱਲ ਨੂੰ ਤੋੜ ਦੇਣਾ ਹੈ। ਇਸ ਪ੍ਰਕਾਰ ਵੀ ਹੱਤਿਆ ਕਮਾਉਂਦੇ ਜਿਹੜਾ ਕਿਸੇ ਦੇ ਕੰਮ ਨੂੰ ਸੁਰਵੇ ਨੂੰ ਵਿਗਾੜਨ ਵਾਲੇ ਲੋਕ ਹਨਗੇ ਅਣਗਿਣਤੀ ਲੋਕ ਨਰਕ ਨੂੰ ਜਾਂਦੇ ਹਨ। ਹਰ ਵਕਤ ਪਾਪ ਕਰਨ ਤੇ ਲੱਕ ਬੰਨਿਆ ਹੋਇਆ ਉਗਣੀ ਕਰਦੇ ਰਹਿੰਦੇ ਹਨ। ਅਸੰਖ ਕੂੜਿਆਰ ਕੂੜੇ ਫਿਰਾ ਅਣਗਿਣਤ ਇਹੋ ਜਿਹੇ ਪੁਰਖਣਗੇ ਸਿੱਧੋ ਕੂੜਿਆਰ ਝੂਠ ਬੋਲਣ ਵਾਲੇ ਹਨ ਕੂੜੇ ਝੂਠੇ ਕੰਮਾਂ ਵਿੱਚ ਹੀ ਮੰਦ ਕਰਮਾਂ 'ਚ ਹੀ ਰਾਜ ਨੇ ਫਿਰਦੇ ਰਹਿੰਦੇ ਹੈ। ਅਸੰਖ ਮਲੇਸ਼ ਮਲ ਭੱਠ ਖਾ ਹੈ ਅਸੰਖ ਅਣਗਿਣਤ ਇਹੋ ਜਿਹੇ ਪੁਰਖਣਗੇ ਜਿਹੜੇ ਮੈਲ ਨੂੰ ਭੱਖਣ ਵਾਲੇ ਮਲੇਸ਼ ਆਦਿ ਕਹਣਗੇ ਬੱਕਰੀਆਂ ਦੀਆਂ ਉਹ ਜਿਹੜੀਆਂ ਹੀ ਸਾਫ਼ ਕਰਦੇ ਰਹਿੰਦੇ ਹੈ। ਇਸ ਪ੍ਰਕਾਰ ਦੀ ਮਲੇਸ਼ ਦੀ ਮਲੇਸ਼ਾਂ ਦੀ ਸੁਭਾਅ ਹੈ। ਮਲ ਖਾਣ ਵਾਲੇ ਕੁੱਕੜ ਆਦਿਕ ਸੂਰ ਆਦਿਕਾਂ ਨੂੰ ਇਹਨਾਂ ਨੂੰ ਖਾਣ 'ਚ ਲੱਗੇ ਰਹਿੰਦੇ ਮਲ ਭੱਖਾਂ ਨੂੰ ਵੀ ਖਾ ਖਾ ਕੇ ਆਪਣਾ ਪੇਟ ਭਰਦੇ ਹੈ। ਐਸੇ ਮਲੇਸ਼ ਪੁਰਖ ਵੀ ਅਣਗਿਣਤੀ ਹਨਗੇ ਜਿਹੜੇ ਮੈਲ ਨੂੰ ਖਾਣ ਵਾਲਿਆਂ ਦੇ ਤਾਂ ਹੀ ਖਾਂਦੇ ਹਨ। ਅਸੰਖ ਨਿੰਦਕ ਸਿਰ ਕਰਹਿ ਭਾਰ ਅਣਗਿਣਤ ਐਸੇ ਪੁਰਖ ਹਨਗੇ ਜਿਹੜੇ ਨਿੰਦਕ ਹਨਗੇ ਉਹ ਨਿੰਦਿਆ ਦਾ ਸਿਰ ਦੇ ਤੇ ਭਾਰ ਹਰ ਵਕਤ ਚੱਕੀ ਰੱਖਦੇ ਹਨ। ਹੁੰਦਾ ਭਾਰ ਨਿੰਦਕ ਸਿਰ ਕਰਾ ਚੋਰ ਯਾਰ ਜੁਆਰ ਤੇ ਬੁਰਾ ਚੋਰਾਂ ਤੋਂ ਵੀ ਯਾਰਾਂ ਤੋਂ ਵੀ ਜੂਏ ਬਾਜਾਂ ਤੋਂ ਬੁਰੇ ਹੈ। ਹੁਣ ਹੋਇਆ ਭਾਰ ਸਿਰ ਤੇ ਰੱਖਣ ਵਾਲੇ ਸਿਰ ਕਰਾਂ ਭਾਰ ਉਹ ਆਪਦੇ ਸਿਰ ਭਾਰ ਹੋ ਕੇ ਵੀ ਨਿੰਦਿਆ ਕਰਦੇ ਹੀ ਰਹਿੰਦੇ ਨਿੰਦਕ ਹਰ ਵਕਤ ਉਹ ਨਰਕ ਦੇ ਵਿੱਚ ਸਿਰ ਭਰਨੇ ਚੰਗੇ ਜਾਂਦੇ ਹਨ ਉਹਨੂੰ ਦੰਡ ਦਿੱਤਾ ਜਾਂਦਾ ਹੈ। ਮਾਤਾ ਦੇ ਗਰਭ ਚ ਹੀ ਸਿਰ ਭਾਰ ਆਉਂਦੇ ਹਨ। ਨਾਨਕ ਨੀਚ ਕਹਿ ਵਿਚਾਰ ਨਾਨਕ ਦੇਵ ਜੀ ਕਹਿੰਦੇ ਨੀਚ ਪੁਰਖਾਂ ਦਾ ਵਿਚਾਰ ਕਿਹਾ ਹੈ ਜਿਹੜੇ ਨੀਵੇਂ ਕੰਮ ਕਰਨ ਵਾਲੇ ਘੜੇ ਕੰਮ ਕਰਨ ਵਾਲੇ ਹੈ ਉਹਨੂੰ ਨਿਰਣਾ ਕਰਕੇ ਕਹਿੰਦੇ ਹਾਂ ਵਾਰਿਆ ਨਾ ਜਾਵਾ ਇੱਕ ਵਾਰ ਕਹਿਣ ਲੱਗੇ ਮਹਾਰਾਜ ਤੁਸੀਂ ਉਹਨੂੰ ਰੋ ਕੇ ਆਓ। ਮਹਾਰਾਜ ਕਹਿੰਦੇ ਭਾਈ ਵਰਜਨ ਨਹੀਂ ਜਾਂਦੇ ਸੀ ਇੱਕ ਵਾਰੀ ਵੀ ਉਹਨਾਂ ਦੇ ਤਾਂ ਹੀ ਰੋਕਣ ਨਹੀਂ ਜਾਂਦੇ ਹਾਂ ਜੋ ਤੁਧ ਭਾਵੈ ਸਾਈ ਭਲੀ ਕਾ ਅਸੀਂ ਜਾ ਰਹੇ ਹਾਂ ਸਿੱਧੋ ਹੋਏ ਪਰਮੇਸ਼ਰ ਜੋ ਆਪ ਨੂੰ ਭਾਉਂਦੀ ਹੈ ਉਹ ਹੀ ਸਭ ਤੋਂ ਭਲੀ ਸ੍ਰੇਸ਼ਟਕਾਰ ਹੈ। ਤੂੰ ਸਦਾ ਸਲਾਮਤ ਨਿਰੰਕਾਰ ਤੂੰ ਮਹਾਰਾਜ ਸਦਾ ਸਲਾਮਤ ਇਸ ਰਹਿਣ ਵਾਲਾ ਨਿਰੰਕਾਰ ਹੈ ਕਿੰਨਾ ਕਾਲਾਂ 'ਚ ਇਸ ਪ੍ਰਕਾਰ ਗੁਰਮੁਖਾਂ ਨੇ ਨਿਸ਼ਚੇ ਕੀਤਾ ਹੈ। ਕਿਵੇਂ ਸਾਧ ਸੰਗਤ ਜੀ ਪਰਮੇਸ਼ਰ ਦੇ ਜਾਪ ਦੀ ਮਹਿਮਾ ਇਸ ਪੌੜੀ 'ਚ ਵੀ ਇਉਂ ਲਾਉਣੀ। ਅਸੰਖ ਮੂਰਖ ਅੰਧ ਘੋਰ ਜਿਹਨਾਂ ਨੇ ਅਸੰਖ ਪਰਮੇਸ਼ਰ ਨੂੰ ਜਪ ਸ਼ਬਦ ਪਹਿਲੀ ਪੌੜੀ 'ਚੋਂ ਲੈਣਾ ਹੈ ਅਸੰਖ ਪਰਮੇਸ਼ਰ ਨੂੰ ਜਿਹਨਾਂ ਨੇ ਜਪਿਆ ਹੈ ਉਹਨਾਂ ਨੇ ਮੂੰਹ ਆਦਿ ਇੰਦਰੀਆਂ ਨੂੰ ਰੱਖ ਲਿਆ ਰੋਕ ਲਿਆ ਮੂੰਹ ਨੂੰ ਐਵੇਂ ਹੀ ਤਵਾ ਤਵਾ ਖਾਈ ਜਾਣਾ ਬਕਵਾਸ ਕਰੀ ਜਾਣਾ ਨਿੰਦਿਆ ਕਰੀ ਜਾਣੀ ਝਗੜੇ ਪਾਈ ਰੱਖਣੇ ਕਿਉਂ ਮੂੰਹ ਨੂੰ ਮਾਰਦੇ ਨਹੀਂ ਰਹਿੰਦੇ ਹਰ ਵਕਤ ਹਰੇਕ ਚੀਜ਼ ਹੀ ਬੱਕਰੀ ਨੂੰ ਮੂੰਹ ਮਾਰੀ ਜਾਣਾ ਖਾਈ ਜਾਣੀ ਪਰਹੇਜ਼ ਰੱਖਦੇ ਹੈ ਧਰਮ ਤੋਂ ਉਲਟ ਚੀਜ਼ ਨਹੀਂ ਉਹ ਮੂੰਹ ਕਰਕੇ ਖਾਂਦੇ ਉਹ ਮੂੰਹ ਆਦਿਕਾਂ ਨੂੰ ਨਿੰਦੇ ਆਦਿਕਾਂ ਵੱਲੋਂ ਵੀ ਦੁਨੀਆਂ ਦੇ ਨਿਖਿਧ ਚੀਜ਼ਾਂ ਦੇ ਖਾਣ ਵੱਲੋਂ ਵੀ ਜਿਹਨਾਂ ਨੇ ਮੂੰਹ ਆਦਿਕਾਂ ਨੂੰ ਰੱਖਣਾ ਕੀਤਾ ਇੰਦਰੀਆਂ ਨੂੰ ਉਹਨੇ ਅੰਧ ਕੌਣ ਹੈ ਅਗਿਆਨ ਅਗਿਆਨ ਤਾਈ ਨੂੰ ਉਹਨੇ ਘੋਲ ਦਿੱਤਾ ਹੈ ਮੇਰ ਦਿੱਤਾ ਹੈ ਜਿਹਨਾਂ ਨੇ ਅਸੰਖ ਪਰਮੇਸ਼ਰ ਨੂੰ ਜਪਿਆ ਹੈ ਮੂੰਹ ਆਦਿਕ ਇੰਦਰੀਆਂ ਨੂੰ ਰੱਖ ਕਰਕੇ ਖਾਣ ਪੀਣ ਵੱਲੋਂ ਉਹਨਾਂ ਅੰਧ ਤਾਈ ਨੂੰ ਮੂਰਖ ਅਗਿਆਨ ਤਾਈ ਨੂੰ ਘੋਲ ਦਿੱਤਾ ਹੈ ਨਿਵਰਤ ਕਰ ਦਿੱਤਾ ਹੈ। ਅਸੰਖ ਚੋਰ ਹਰਾਮ ਖੋਰ ਜਿਹਨਾਂ ਨੇ ਅਸੰਖ ਪਰਮੇਸ਼ਰ ਨੂੰ ਜਪਿਆ ਹੈ
ਉਹਨਾਂ ਨੇ ਉਸ ਪਰਮੇਸ਼ਰ ਨੂੰ ਚੋਲੇ ਬੁੱਧੀ ਦੇ ਅੰਦਰ ਪ੍ਰਾਪਤ ਕਰ ਲਿਆ ਹੈ, ਉਸ ਬ੍ਰਹਮਾਨੰਦ ਨੂੰ ਉਹਨਾਂ ਨੇ ਚੋ ਲਿਆ ਹੈ, ਅੰਦਰ ਪ੍ਰਾਪਤ ਕਰ ਲਿਆ ਹੈ। ਹਰਾਮ ਖੋਰ, ਜਿਹੜੀ ਹਰਾਮ ਤਾਈ ਨਿਖਿਦ ਪੁਣੇ ਖੋਰ ਦਿੱਤਾ, ਮੇਰ ਦਿੱਤਾ, ਉਹਨੇ ਰਹਿਣ ਨੀ ਦਿੱਤਾ ਅੰਦਰ। ਅਸੰਖ ਅਮਰ ਕਰ ਜਾਹੇ ਜੋਰ, ਜਿਹਨਾਂ ਨੂੰ ਪਰਮੇਸ਼ਰ ਦਾ ਨਾਮ ਜਪਿਆ ਹੈ ਉਹਨਾਂ ਨੂੰ ਉਸ ਪਰਮੇਸ਼ਰ ਨਾਲ ਜੋੜ ਹੋ ਗਿਆ, ਚਿੱਧੀ ਬਿਰਤੀ ਜੁੜ ਗਈ ਹੈ ਉਹਨਾਂ ਨੂੰ, ਜੋੜ ਹੋਣੇ ਕਰਕੇ ਜੋਰ ਗਿਆਨ ਦੀ ਪ੍ਰਾਪਤੀ ਹੋ ਗਈ ਹੈ। ਉਹ ਅਣਗਿਣਤਾਂ ਦੀਆਂ ਨੂੰ ਆਪ ਵੀ ਅਮਰ ਹੋ ਜਾਂਦੇ ਹੈ, ਹੋਰਨਾਂ ਨੂੰ ਵੀ ਅਮਰ ਮੁਕਤ ਕਰ ਜਾਂਦੇ ਇਸ ਦੁਨੀਆਂ ਵਿੱਚ। ਅਸੰਖ ਗੱਲ ਵੱਡ ਹੱਤਿਆ ਕਮਾਰ, ਗੁਰਮੁਖਨ ਦੇ ਮਹਾਰਾਜ ਦੇ ਨਾਮ ਨੂੰ ਜਪਦੇ ਹੈ, ਅਸੰਖ ਪਰਮੇਸ਼ਰ ਨੂੰ ਜਪ ਕਰਕੇ ਹੱਤਿਆ ਦੇ ਕਮਾਉਣ ਦਾ ਹੀ ਗੱਲ ਵੱਢ ਦਿੱਤਾ, ਕਿਸੇ ਕਰਕੇ ਵੀ ਉਹ ਹੱਤਿਆ ਨਹੀਂ ਕਮਾਉਂਦੇ। ਇਹ ਅਸੰਖ ਪਰਮੇਸ਼ਰ ਦੇ ਨਾਮ ਦੇ ਜਾਪਦੀ ਨੂੰ ਕਮਾਈ ਨੂੰ ਕਰਕੇ ਹੱਤਿਆ ਦਾ ਹੀ ਗੱਲ ਵੱਢ ਤਾਂ ਹੱਤਿਆ ਕਰਨ ਨੂੰ ਹੀ ਛੱਡ ਦਿੱਤੀ, ਕਿਸੇ ਪ੍ਰਕਾਰ ਦੀ ਕੋਈ ਹੱਤਿਆ ਨਹੀਂ ਕਰਦੇ ਹਨ। ਅਸੰਖ ਪਾਪੀ ਪਾਪ ਕਰ ਜਾਹੇ, ਜਿਨ੍ਹਾਂ ਨੇ ਅਸੰਖ ਪਰਮੇਸ਼ਰ ਦਾ ਨਾਮ ਜਪਿਆ ਉਹਨਾਂ ਨੇ ਪਾ ਲਿਆ ਪੀ ਪਤੀ ਪਰਮੇਸ਼ਰ ਦੇ ਕਾਇ, ਜਿਹੜੇ ਪਾਪ ਹਿਰਦੇ ਕਿਸੀ ਕਰੋੜਾਂ ਜਨਮਾਂ ਦੇ ਇਕੱਠੇ ਹੋਏ ਉਹ ਉੱਕਰ ਜਾਏ, ਉਹ ਪਾਪ ਉਹਨਾਂ ਨੂੰ ਉੱਕਰ ਕੇ ਕੱਢ ਦਿੰਦੇ ਹਨ ਅੰਦਰੋਂ, ਖੁੱਚ ਕਰਕੇ ਅੰਦਰੋਂ ਕੱਢ ਦਿੰਦੇ ਹਨ ਖੋਦ ਕਰਕੇ। ਅਸੰਖ ਕੂੜਿਆਰ ਕੂੜੇ ਫਿਰਾ, ਅਸੰਖ ਪਰਮੇਸ਼ਰ ਨੂੰ ਜਿਨ੍ਹਾਂ ਨੇ ਜਪਿਆ ਹੈ ਉਹ ਸਾਧ ਸੰਗਤ ਜੀ ਝੂਠ ਬੋਲਣ ਵੱਲੋਂ ਵੀ ਫਿਰ ਗਏ, ਤੇ ਕੂੜਿਆਂ ਦੇ ਆਰ ਪ੍ਰਾਪਤੀ ਵਾਲਾ ਨਰਕ ਆਦਿਕਾਂ ਕਿਉਂ ਨਹੀਂ ਉਹ ਪੈਂਦੇ, ਝੂਠ ਬੋਲਣ ਵੱਲੋਂ ਵੀ ਹਟ ਗਏ ਤੇ ਕੂੜੇ ਪੁਰਖਾਂ ਦੀ ਸੰਗਤ ਵੱਲੋਂ ਵੀ ਫਿਰ ਗਿਆ ਉਹਨਾਂ ਦਾ ਚਿੱਤ। ਅਸੰਖ ਮਲੇਸ਼ ਮਲ ਪਾਠ ਖਾ, ਇਹਨਾਂ ਨੇ ਅਸੰਖ ਪਰਮੇਸ਼ਰ ਦੇ ਨਾਮ ਨੂੰ ਕੱਖ ਨਾ ਉਚਾਰਨ ਕੀਤਾ ਹੈ, ਉਹ ਜਿਹੜੀ ਮਲੇਸ਼ ਕਾਈ ਮੈਂ ਦੀ ਮਲੇਸ਼ੀ ਸੀ, ਮਲੇਸ਼ਾ ਮੈਂ ਦੀ ਇੱਛਾ ਹੋਣੇ ਕਰਕੇ, ਮਾਇਆ ਰੂਪੀ ਮੈਂ ਦੀ ਇੱਛਾ ਹੋਣੇ ਕਰਕੇ ਮਲੇਸ਼ ਬਣਾ ਸੀ, ਇਸ ਮੈਲ ਨੂੰ ਪਾਪਾਂ ਦੀ ਮੈਲ ਨੂੰ ਤੇ ਮਲੇਸ਼ ਸੁਭਾਅ ਨੂੰ ਸਾਰ ਨਾਸ ਕਰ ਦਿੱਤਾ ਹੈ ਉਹਨਾਂ ਨੇ। ਅਸੰਖ ਨਿੰਦਕ ਸਿਰ ਕਰ ਹੈ ਭਾਰ, ਅਸੰਖ ਪਰਮੇਸ਼ਰ ਨੂੰ ਜਿਹਨਾਂ ਨੂੰ ਭਾਲ ਲਿਆ ਹੈ ਹਿਰਦੇ ਦੇ ਅੰਦਰੋਂ, ਉਹ ਨਿੰਦਕ ਸਿਰ ਕਰੇ ਨਿੰਦਿਆ ਨਿੰਦਕਾਂ ਨੂੰ ਤੇ ਨਿੰਦਿਆ ਨੂੰ ਸਿਰੇ ਪਾਸੇ ਕਰ ਦਿੰਦੇ ਹੈ, ਆਪਣੇ ਵਿਵੇਕ ਨੀ ਉਹਨਾਂ ਨੂੰ ਥਾਂ ਰਹਿਣ ਦਿੰਦੇ, ਨਿੰਦਕ ਪੁਰਸ਼ਾਂ ਨੂੰ ਵੀ ਅਤੇ ਨਿੰਦਿਆ ਆਦਿਕ ਸੁਭਾਵਾਂ ਨੂੰ ਵੀ ਇਸ ਭਾਰ ਨੂੰ ਆਪਦੇ ਸਿਰੋਂ ਪਾਸੇ ਕਰ ਦਿੰਦੇ ਹੈ, ਉਹ ਸੁਤੰਤਰ ਹੋ ਜਾਂਦੇ ਪਰਮੇਸ਼ਰ ਦੀ ਭਾਲ ਖੋਜ ਕਰਨ ਵਾਲੇ। ਨਾਨਕ ਨੀਚ ਕਹਿ ਵਿਚਾਰ, ਨਾਨਕ ਦੇਵ ਜੀ ਨੀਚ ਨਿਮਰਤਾ ਦੇ ਨਾਲ, ਇਹ ਡੂੰਘਾ ਪਰਮਾਤਮਾ ਦੀ ਨਿਮਰਤਾ ਵਾਲਾ ਵਿਚਾਰ, ਡੂੰਘਾ ਪਰਮੇਸ਼ਰ ਦਾ ਵਿਚਾਰ ਕਥਨ ਕਰਦੇ ਹਨ। ਵਾਇਆ ਨਾ ਜਾਵਾ ਇੱਕ ਵਾਰ, ਇਹ ਭਾਈ ਉਸ ਪਰਮੇਸ਼ਰ ਦਾ ਇੱਕ ਵਾਰ ਰੋਮ ਮਾਤਰ ਵੀ ਕਥਨ ਨਹੀਂ ਕੀਤਾ ਜਾਂਦਾ, ਉਹ ਬੇਅੰਤ ਹੈ ਪਰਮੇਸ਼ਰ, ਜਿਹੜਾ ਉਹ ਦੀ ਸ਼ਰਨ ਵਿੱਚ ਇੱਕ ਵਾਰ ਆਵਾ ਤੇ ਵਾਰ ਨਾ ਇੱਕ ਵਾਰ ਆ ਇੱਕ ਵਾਰੀ ਜਿਹੜਾ ਆਇਆ ਹੈ ਵਾਰ ਨਾ ਜਾਵਾ, ਮੁੜ ਕੇ ਵਾਰੀ ਵਾਰੀ ਜੂਨਾ ਚ ਨਹੀਂ ਜਾਂਦਾ, ਮੁਕਤ ਹੋ ਜਾਂਦਾ ਹੈ। ਜੋ ਤੁਧ ਭਾਵੈ ਸਾਈ ਭਲੀ ਕਾ, ਇਹ ਅਧਿਕਾਰੀ ਤੈਨੂੰ ਕਰਮ ਉਪਾਸਨਾ ਗਿਆਨ ਤਿੰਨੇ ਕਸਮ ਕਰਦੇ ਹੈ, ਹੁਣ ਆਪਣੇ ਆਪ ਦਾ ਆਪ ਅਧਿਕਾਰ ਵੇਖ, ਜੋ ਤੈਨੂੰ ਪਾਉਂਦਾ ਉਹ ਕਾਰ ਕਰਨਾ ਕਰ। ਤੂੰ ਸਦਾ ਸਲਾਮਤ ਨਿਰੰਕਾਰ, ਉਹ ਹੀ ਭਲੀ ਕਾਰ ਹੈ, ਤੂੰ ਤੇਰਾ ਸਰੂਪ ਜਿਹੜਾ ਜੀਵ ਦਾ ਸਦਾ ਸਲਾਮਤ ਈਸ਼ਵਰ ਦਾ, ਦੋਵੇਂ ਮਿਲ ਕੇ ਨਿਰੰਕਾਰ ਦਾ ਸ਼ੁੱਧ ਸਰੂਪ ਹੋ ਤੁਸੀਂ। ਅਸੰਖ ਲਾਭ ਅਸੰਖ ਥਾਵ, ਇਸ ਤੇ ਪਾਤਸ਼ਾਹ ਜੀ ਤੁਸੀਂ ਪਾਪੀਆਂ ਪੁੰਨੀਆਂ ਦੀ ਹਾਲਤ ਦੱਸੀ ਹੈ, ਉਹਨਾਂ ਦੇ ਨਾਂ ਤੇ ਥਾਂ ਮਹਾਰਾਜ ਸਾਹਿਬ ਦੱਸੋ ਤਾਂ ਹਜ਼ੂਰ ਫਰਮਾਉਂਦੇ ਹਨ। ਅਸੰਖ ਲਾਭ ਅਸੰਖ ਥਾਵ, ਅਸੰਖ ਇਹ ਸਿੱਧੋ ਪੁੰਨੀਆਂ ਦੇ ਨਾਂ ਹੋਣਗੇ, ਅਣਗਿਣਤੀ ਉਹਨਾਂ ਦੇ ਥਾਂ ਹਨ ਪੁੰਨੀਆਂ ਦੇ। ਅਗੰਮ ਅਗੰਮ ਅਸੰਖ ਲੋਕ, ਅਣਗਿਣਤੀ ਪਾਪੀਆਂ ਦੇ ਨਾਂ ਹੋਣਗੇ, ਅਣਗਿਣਤੀ ਉਹਨਾਂ ਪਾਪੀਆਂ ਦੇ ਸਥਾਨ ਨਰਕ ਆਦਿ ਕਹਿਣਗੇ। ਅਗੰਮ ਅਗੰਮ ਅਸੰਖ ਲੋਕ, ਅਸੰਖ ਅਣਗਿਣਤੀ ਜਿਹੜੇ ਲੋਕ ਹਨਗੇ ਪਾਪੀ, ਉਹਨਾਂ ਨੂੰ ਤਾਂ ਪੁੰਨੀਆਂ ਦੇ ਪੁਰਖਾਵਾਂ ਨੂੰ ਅਗੰਮ ਹੈ, ਉਹ ਉੱਥੇ ਨਹੀਂ ਪਹੁੰਚ ਸਕਦੇ, ਪੁੰਨਵਾਨ ਪੁਰਖਾਂ ਦੇ ਲੋਕ ਚ ਨਹੀਂ ਉਹ ਪਹੁੰਚ ਸਕਦੇ, ਤੇ ਜਿਹੜੇ ਪਾਪੀ ਆ ਪੁੰਨੀ ਪੁਰਖ ਹੈ ਉਹ ਪਾਪੀਆਂ ਕਰਕੇ ਅਗੰਮ ਹੈ ਲੋਕ ਉਹਨਾਂ ਦਾ, ਉਹ ਪਾਪੀਆਂ ਦੇ ਨਰਕ ਆਦਿਕਾਂ ਚ ਨਹੀਂ ਪਹੁੰਚਦੇ। ਅਸੰਖ ਕਹਿ ਹੈ ਸਿਰ ਭਾਰ ਹੋ, ਅਸੰਖ ਅਣਗਿਣਤੀ ਸਿਰ ਪਰਨੇ ਹੋ ਕਰਕੇ ਉਸ ਪਰਮੇਸ਼ਰ ਦੇ ਤਾਂ ਹੀ ਕਹਿਣ ਵਾਲੇ ਲੋਕ ਹਨਗੇ, ਜਿਹੜਾ ਅਸੰਖ ਵੀ ਕਹਿਣਾ ਉਹ ਪਰਮੇਸ਼ਰ ਨੂੰ, ਕਿਉਂਕਿ ਗਿਣਤੀ ਤੋਂ ਅਣਗਿਣਤੀ ਦੋਵੇਂ ਹੀ ਹੈ, ਚਿੰਤਾ ਦੋਵੇਂ ਮੇਟਣੀਆਂ ਹੈ, ਇਹ ਵੀ ਸਿਰ ਤੇ ਧਾਰ ਹੀ ਹੋਣਾ ਹੈ। ਅਖਰੀ ਨਾਮ ਅਖਰੀ ਸਾਲਾ, ਮਹਾਰਾਜ ਜੀ ਕੌਣ ਕਹਿੰਦਾ ਇਸ ਗੱਲ ਨੂੰ, ਕਹਿੰਦੇ ਵੇਦ ਕਹਿੰਦੇ ਹਨ, ਅਖਰੀ ਅੱਖਰਾਂ ਵਾਲਾ ਜਿਹੜਾ ਵੇਦ ਹੈ, ਪੰਡਿਤ ਤਾਰਾ ਸਿੰਘ ਜੀ ਦਾ ਇਹ ਅਰਥ ਹੈ, ਗੁਰੂ ਭਾਵ ਪ੍ਰਦੀਪ ਕਹਿ ਵਿੱਚ, ਕਹਿੰਦੇ ਅੱਖਰਾਂ ਵਾਲਾ ਜਿਹੜਾ ਵੇਦ ਹੈ ਉਹ ਪਰਮੇਸ਼ਰ ਦੇ ਨਾਮ ਨੂੰ ਕਹਿੰਦਾ ਹੈ। ਅਖਰੀ ਸਾਲਾ, ਅੱਖਰਾਂ ਵਾਲਾ ਜਿਹੜਾ ਵੇਦ ਹੈ ਉਸ ਪਰਮੇਸ਼ਰ ਦੀ ਸਿਫਤ ਨੂੰ ਵੀ ਉਹ ਕਹਿੰਦਾ ਹੈ। ਅਖਰੀ ਗਿਆਨ ਗੀਤ ਗੁਣ ਗਾ, ਅੱਖਰਾਂ ਵਾਲਾ ਗਿਆਨ 4000 ਸੁਰਤੀ ਗਿਆਨ ਦਾ ਕਥਨ ਕਰਨ ਵਾਲੀ ਹੈ, ਚਾਰ
लख वजह की सुरत है, 4000 वजह की जी सुरती है। अखरी ज्ञान गीत गुणगा अखरी वेदों के अंदर गीत आदक उसके विशन पदे कथन किए हुए हैं, गुण विषय आदकों का कथन है, गुणा के गाउन का जिक्र है अथर्वण वेद विच। अखरी लिखण बोलण अखरी वेदों वाले लिखण का तरीका भी है, बोलण का बाणी का भी तरीका कथन किया होया है। अखरा सिर संजोग विखार अखर कौन हन गे, उन्हें सिरोमणि जो ओंकार है उसके नाल संयोग संबंध है सारे अखरों का वेदियां दा। जिन एह लिखे तिस सिर ना जिसने वेद शास्त्र आदिक लिखे है ओदे सिर ते ब्रह्म आदिकां दे ना पति परमेश्वर है, ओ परमेश्वर ने जिन फरमाए तिव तिव पाए ब्रह्म दे ताई चारे वेद ब्रह्म को दियो पढ़ दिए पढ़ पढ़ करे विचारी, जिवे जिवे सचे पातशाह ने फरमाया है उसे उस प्रकार ब्रह्मा ने उसके लिखत नु पाया है। ਹੋਰ ਰਿਸ਼ੀਆਂ ਮੁਨੀਆਂ ਨੇ ਵੀ ਚੇਤਾ ਕੀਤਾ ਤੇਤਾ ਨਾ, ਜਿੰਨਾ ਸਾਰਾ ਸੰਸਾਰ ਹੈ ਵੇਦ ਕਸਮ ਕਰਦਾ ਕਿ ਨਾਮ ਮਾਤਰ ਹੀ ਕਸਮ ਕੀਤਾ, ਨਾਮ ਰੂਪ ਹੀ ਸੰਸਾਰ ਹੈ, ਬਿਨ ਨਾਮ ਨਾਹੀ ਕੋ ਥਾ, ਨਾਮ ਰੂਪ ਤੋਂ ਬਗੈਰ ਹੋਰ ਸੰਸਾਰ ਚ ਕੋਈ ਥਾਂ ਨੀ, ਨਾਮ ਤੇ ਰੂਪ ਹੀ ਮਾਇਆ ਕਰਕੇ ਕਲਪੇ ਹੋਏ ਬ੍ਰਹਮ ਵਿੱਚ ਵਿਆਸ ਰੂਪ, ਹੋਰ ਨੀ ਕੋਈ ਥਾਂ ਕਸਮ ਕੀਤਾ ਜਾਂਦਾ। ਅਸੰਖ ਨਾਮ ਅਸੰਖ ਥਾਵ, ਇਸ ਦੋਸ ਪਰਮੇਸ਼ਰ ਦੇ ਅਣਗਿਣਤੀ ਨਾਮ ਹੋਣਗੇ, ਨਾਮ ਨੀ ਕਸਮ ਕੀਤੇ ਜਾਂਦੇ ਇੰਨੇ ਕੁ ਨਾਮ ਹਨਗੇ, ਤੇ ਅਣਗਿਣਤੀ ਉਸਦੇ ਥਾਂ ਬੈਕੁੰਠ ਆਦਿਕ, ਇਸੇ ਪ੍ਰਕਾਰ ਪਤਾਲ ਆਦਿਕ, ਬ੍ਰਹਮ ਲੋਕ ਆਦਿਕ, ਜਿੰਨੇ ਦੁਨੀਆਂ ਦੇ ਸਤਸੰਗ ਰੂਪੀ ਥਾਂ ਜਾਂਦੀ ਉਸਦੇ ਅਣਗਿਣਤੀ ਥਾਂ ਹਨਗੇ। ਅਗੰਮ ਅਗੰਮ ਅਸੰਖ ਲੋ, ਅਗੰਮ ਸ਼ਾਸਤਰਾਂ ਕਰਕੇ ਵੀ ਪਰਮੇਸ਼ੁਰ ਅਗੰਮ ਹੈ, ਅਗੰਮ ਵੇਦਾਂ ਕਰਕੇ ਵੀ ਅਗੰਮ ਹੈ, ਅਸੰਖ ਗਿਣਤੀ ਤੋਂ ਰਹਿ ਜੋ ਪਰਮੇਸ਼ੁਰ ਹੈ ਉਹ ਸਾਰੇ ਲੋਕ ਪ੍ਰਕਾਸ਼ ਕਰਨ ਵਾਲੇ ਲੋਕ ਵੀ ਅਣਗਿਣਤੀ ਹਨ ਉਹਦੇ। ਅਸੰਖ ਕਹਿ ਹੈ ਸਿਰ ਭਾਰ ਹੋ, ਅਸੰਖ ਅਣਗਿਣਤੀ ਉਸ ਪਰਮੇਸ਼ਰ ਨੂੰ ਸਿਰ ਭਰਨੇ ਕਪਾਲੀ ਆਸਣ ਲਾ ਲਾ ਕੇ ਵੀ ਉਸ ਪਰਮੇਸ਼ਰ ਤਾਂ ਹੀ ਕਹਿੰਦੇ ਹੈ, ਸਿਰ ਭਾਰ ਉਲਟੇ ਲਮਕ ਲਮਕ ਕੇ ਆਪਣੇ ਦੇਸ਼ਾਂ ਦੇ ਨਾਲ ਪੈਰ ਬੰਨ ਕੇ ਉਲਟੇ ਲਮਕ ਲਮਕ ਕੇ ਪਰਮੇਸ਼ਰ ਦਾ ਉਚਾਰਨ ਕਰਦੇ ਹਨ ਅਣਗਿਣਤੀ, ਮਾਂ ਪਿਓ ਦੇ ਗਰਭ ਸਿਰ ਭਾਰ ਹੋ ਕੇ ਜਾਪ ਸਾਰੇ ਹੀ ਕਰਦੇ ਅਣਗਿਣਤੀ। ਅਖਰੀ ਨਾਮ ਅਖਰੀ ਸਾਲਾ, ਇਹ ਜਿਹੜਾ ਪਰਮੇਸ਼ਰ ਦਾ ਨਾਮ ਹੈ ਅਖਰੀ ਅੱਖਰਾਂ ਕਰਕੇ, ਨਾਮ ਕਰਮਾਂ ਦਾ ਨਾਮ ਹੈ ਅੱਖਰਾਂ ਦਾ, ਅੱਖਰਾਂ ਕਰਮਾਂ ਕਰਕੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ, ਤੇ ਅਖਰੀ ਕਰਮਾਂ ਕਰਕੇ ਪਰਮੇਸ਼ਰ ਦੀ ਸਿਫਤ ਹੋ ਸਕਦੀ ਹੈ। ਅਖਰੀ ਗਿਆਨ ਗੀਤ ਗੁਣਗਾ, ਅੱਖਰ ਕਰਮਾਂ ਕਰਕੇ ਪਰਮੇਸ਼ਰ ਦਾ ਗਿਆਨ ਆਉਂਦਾ ਹੈ, ਅਤੇ ਚੰਗੇ ਕਰਮਾਂ ਕਰਕੇ ਗੀਤ ਜਸ ਗਾਇਆ ਜਾਂਦਾ ਹੈ, ਗੁਣਾਂ ਦੇ ਗਾਹ ਸਥਾਨ ਬਣ ਜਾਈਦਾ ਹੈ, ਗੁਣ ਵਿਸ਼ਿਆਂ ਨੂੰ ਗਾਹ ਦਵਾ ਲਈਦਾ ਹੈ, ਗੁਣਾਂ ਦੇ ਗਾਹ ਵਿਚਾਰਨ ਵਾਲੇ ਬਣ ਜਾਈਦਾ ਹੈ। ਅਖਰੀ ਲਿਖਣ ਬੋਲਣ ਅਖਰੀ ਕਰਮਾਂ ਕਰਕੇ ਹੀ ਲਿਖਣਾ ਆਉਂਦਾ ਬਾਣੀ ਦਾ, ਇਹ ਬੋਲਣਾ ਆਉਂਦਾ ਬਾਣੀ ਦਾ, ਜੋ ਲਿਖਣਾ ਇਹ ਵੀ ਕਰਮਾਂ ਕਰਕੇ ਹੀ ਹੈ, ਅਤੇ ਬੋਲਣਾ ਵੀ ਬਾਣੀ ਆਦਿਕਾਂ ਦਾ, ਇਹ ਵੀ ਪੂਰੇ ਕਰਮਾਂ ਦੀ ਲਿਖਤ ਕਰਕੇ ਹੀ ਹੈ। ਅੱਖਰਾ ਸਿਰ ਸੰਜੋਗ ਵਿਖਾ, ਤੁਸੀਂ ਮਾਰੇ ਅੱਖਰ ਕਿਹਨੂੰ ਕਹਿੰਦੇ ਹੋ, ਕਹਿੰਦੇ ਭਾਈ ਅੱਖਰ ਉਹ ਹੰਝੀ ਦੇ ਨਾਲ ਸਿਰ ਦੇ ਉੱਤੇ ਸੰਜੋਗ ਹੈ, ਕਰੀ ਲੋਹ ਕਰਮ ਲਿਖਿਓ ਲੇਖ ਮਾਥੇ, ਸਾਰਿਆਂ ਦੇ ਮੱਥੇ ਤੇ ਜਿਹੜੇ ਕਰਮ ਪਏ ਹੋਏ ਹਨ ਉਹ ਸਿਰ ਦੇ ਨਾਲ ਮੱਥੇ ਦੇ ਨਾਲ ਸੰਬੰਧ ਹੈ ਜਿਹਨਾਂ ਅੱਖਰਾਂ ਦਾ, ਉਹਨੂੰ ਅਸੀਂ ਕਰਮਾਂ ਨੂੰ ਅੱਖਰ ਕਹਿੰਦੇ ਹਾਂ। ਜਿਨ ਇਹ ਲਿਖੇ ਤਿਸ ਸਿਰ ਨਾ, ਜਿਸ ਬ੍ਰਹਮਾ ਨੇ ਲਿਖੇ ਹੈ ਜੀ, ਉਸ ਬ੍ਰਹਮਾ ਨੇ ਲਿਖਣ ਵਾਲੇ ਨੇ ਵੀ ਲਿਖੇ ਹੈ ਤੇ ਉਹਨਾਂ ਦੇ ਉਹਦੇ ਸਿਰ ਤੇ ਹੈ, ਕਹਿੰਦੇ ਹਾਂ ਭਾਈ ਜਿਸ ਬ੍ਰਹਮਾ ਨੇ ਇਹ ਸਾਰੇ ਦੇ ਵਿਧਾਤਾ ਹੋ ਕੇ ਕਰਮ ਲਿਖੇ ਹੈ ਉਹਦੇ ਸਿਰ ਦੇ ਤੇ ਵੀ ਪਤੀ ਹੈ ਪਰਮੇਸ਼ਰ, ਤੇ ਜਿਸ ਨੇ ਬ੍ਰਹਮਾ ਦੇ ਮੱਥੇ ਤੇ ਲੇਖ ਲਿਖੇ ਹੈ, ਜਿਹਨੇ ਲਿਖੇ ਜਿਸ ਪਰਮੇਸ਼ਰ ਨੇ ਲਿਖੇ ਉਹਦੇ ਸਿਰ ਤੇ ਨਹੀਂ ਲੇਖ, ਉਹ ਆਪ ਲੇਖ ਸਰਬ ਜੀਆਂ ਸਿਰ ਲੇਖ ਚੜਾਹੂ ਬਿਨ ਲੇਖੇ ਨਹੀਂ ਕੋਈ ਜੀਓ, ਆਪ ਲੇਖ ਕੁਦਰਤ ਕਰ ਵੇਖੇ ਹੁਕਮ ਚਲਾਏ ਸੋਈ ਜੀਓ, ਉਹਦੇ ਸਿਰ ਤੇ ਲੇਖ ਨਹੀਂ ਹੈ, ਉਹ ਅਧਰਾਤਾ ਹੈ ਸਾਰੇ ਲੇਖਾਂ ਤੋਂ ਰਹਿਤ ਹੈ। ਜਿਵ ਫੁਰਮਾਏ ਤਿਵ ਤਿਵ ਪਾ, ਉਹ ਕਰਮ ਕਿਵੇਂ ਲਿਖਦਾ, ਕਹਿੰਦੇ ਬਿਨ ਹੁਕਮ ਲਿਖੇ ਸਿਰ ਲੇਖ ਬਿਨ ਕਲਮ ਮਸਬਾਣੀ ਹੈ, ਜਿਵੇਂ ਜਿਵੇਂ ਉਸ ਨੂੰ ਫਰਮਾਉਣਾ ਕੀਤਾ ਉਵੇਂ ਉਵੇਂ ਸਾਰਿਆਂ ਦੇ ਮੱਥੇ ਦੇ ਲਿਖ ਅਗੰਮੀ ਕਲਮ ਦੇ ਨਾਲ, ਜਿਵੇਂ ਕਿਹਾ ਮਹਾਰਾਜ ਸਾਹਿਬ ਜੀ ਨੇ ਹੱਥ ਕਲਮ ਅਗੰਮ ਅਸਤਲੇਖ ਆਵਤੀ ਸਭ ਸੰਘ ਅਨੂਪ ਰੂਪ ਆਵਤੀ, ਇਸ ਪ੍ਰਕਾਰ ਉਪਮਾ ਤੋਂ ਰਹਿਤ ਸਾਰਿਆਂ ਅਗੰਮੀ ਕਲਮ ਉਸਦੀ ਹੈ, ਜਿਵੇਂ ਜਿਵੇਂ ਉਸਦਾ ਫਰਮਾਨ ਹੁੰਦਾ
ਉਵੇਂ ਜੀਆਂ ਦੀ ਕਰਨੀ ਅਨੁਸਾਰ ਲਿਖਤ ਪੈ ਜਾਂਦੀ ਹੈ, ਪਾਏ ਜਾਂਦੇ ਹੈ। ਜੇਤਾ ਕੀਤਾ ਤੇ ਤਾਲਾ, ਇਹ ਜਿੰਨਾ ਸਾਰਾ ਸੰਸਾਰ ਕੀਤਾ, ਨਾਮ ਜਪਣਵਾ ਕੇ ਸਿੱਧੋ ਮਾਰਨ ਬਣਾਉਣਾ ਕੀਤਾ ਹੈ। ਜਿਹਨ ਨਾਵੈ ਨਾਹੀ ਤੇ ਥਾ, ਜੋ ਪਰਮੇਸ਼ਰ ਦਾ ਨਾਮ ਨਹੀਂ ਜਪੇਗਾ, ਜਿਨ੍ਹਾਂ ਨਾਮ ਤੋਂ ਕਿਸੇ ਨੂੰ ਦਰਗਾਹ ਚ ਥਾਂ ਨਹੀਂ ਮਿਲੇਗਾ, ਜਿਨ੍ਹਾਂ ਚ ਭਟਕਦੇ ਫਿਰਦੇ ਰਹਿਣਗੇ, ਮੁਕਤ ਨਹੀਂ ਹੋ ਸਕਣਗੇ। ਕੁਦਰਤ ਕਵਣ ਕਹਾ ਵੀਚਾ, ਫਿਰ ਮਹਾਰਾਜ ਦੀ ਸ਼ਕਤੀ ਦਾ ਨਿਰਣਾ ਕਰਕੇ ਦੱਸੋ। ਮਹਾਰਾਜ ਕਹਿੰਦੇ ਉਸ ਪਰਮੇਸ਼ਰ ਦੀ ਕੁਦਰਤ ਸ਼ਕਤੀ ਦਾ ਕਿਤਨਾ ਕਿਸੇ ਸਿੱਧੇ ਵਿਚਾਰ ਕਰਕੇ ਦੱਸੀਏ, ਕਥਨ ਨਹੀਂ ਕੀਤਾ ਜਾਂਦਾ। ਵਾਰਿਆ ਨਾ ਜਾਵਾ ਇੱਕ ਵਾਰ, ਉਸ ਪਰਮੇਸ਼ਰ ਦਾ ਇੱਕ ਰੋਮ ਮਾਤਰ ਵੀ ਵਾਰਿਆ ਵਰਣਨ ਨਹੀਂ ਕੀਤਾ ਜਾਂਦਾ ਕਿਸੇ ਪ੍ਰਕਾਰ। ਸਾਈ ਭਲੀ ਕਾ, ਉਹ ਮਹਾਰਾਜ ਛੁਟਕਾਰਾ ਕਿਵੇਂ ਹੁੰਦਾ? ਮਹਾਰਾਜ ਕਹਿੰਦੇ ਉਹਦੀ ਰਜਾਜ ਚੱਲੀਏ ਜੇ, ਇਹ ਪਰਮੇਸ਼ਰ ਜੋ ਆਪ ਨੂੰ ਪਾਉਂਦਾ ਉਹੀ ਅੱਛੀ ਕਾਰ ਹੈ ਸਾਨੂੰ। ਸਦਾ ਸਲਾਮਤ ਨਿਰੰਕਾਰ, ਉਹ ਮਹਾਰਾਜ ਪਿੱਛੇ ਵੀ ਸਦਾ ਸਲਾਮਤ ਰੂਪ ਸੀ, ਹੁਣ ਵੀ ਸਦਾ ਸਦਾ ਰਹਿਣ ਵਾਲਾ, ਅੱਗੇ ਨੂੰ ਇਹ ਨਿਰੰਕਾਰ ਤੂੰ ਆਪ ਹੋਵੇਗਾ, ਕਿਉਂ ਕਿੰਨਾ ਕਾਲਾ ਜਾਣੀਏ। ਇਸੇ ਪ੍ਰਕਾਰ ਸਿੱਖ ਦੁਆਰਾ ਹੁਣ ਪ੍ਰਸ਼ਨਾਂ ਦੇ ਉੱਤਰ ਦਿੰਦੇ ਹਨ, ਫੇਰ ਪੜੋ ਪੌੜੀ। ਅਸੰਖ ਨਾਮ ਅਸੰਖ ਥਾਵ, ਇਹ ਸਿੱਖ ਜਿਨ੍ਹਾਂ ਨੇ ਅਸੰਖ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ, ਉਹਨਾਂ ਨੂੰ ਅਸੰਖ ਜੋ ਬ੍ਰਹਮ ਹੈ ਉਹਦੇ ਥਾਂ ਸਰੂਪ ਦੀ ਪ੍ਰਾਪਤੀ ਹੋਈ ਹੈ, ਉਹਨਾਂ ਨੂੰ ਉਸ ਰੂਪ ਦੀ ਪ੍ਰਾਪਤੀ ਹੋਈ ਹੈ। ਅਗੰਮ ਅਗੰਮ ਅਸੰਖ ਲੋ, ਉਹ ਅਗਮ ਸ਼ਾਸਤਰਾਂ ਕਰਕੇ ਵੀ ਬ੍ਰਹਮ ਅਗੰਮ ਹੈ, ਅਸੰਖ ਜਿਨ੍ਹਾਂ ਨੇ ਜਪਿਆ ਉਹਨੂੰ ਲੋਹ ਦਾ ਪ੍ਰਕਾਸ਼ ਹੋਇਆ ਹੈ। ਅਸੰਖ ਕਹੇ ਹੈ ਸਿਰ ਭਾਰ ਹੋ, ਜਿਹੜੇ ਅਸੰਖ ਪਰਮੇਸ਼ਰ ਦੇ ਨਾਮ ਨੂੰ ਕਹਿੰਦੇ ਉਚਾਰਦੇ ਹੈ, ਉਹ ਜੰਮਣ ਮਰਨ ਦੇ ਭਾਰ ਤੋਂ ਸਿਰੇ ਹੋ ਜਾਂਦੇ ਹੈ, ਪਾਸੇ ਹੋ ਜਾਂਦੇ, ਮੁਕਤ ਹੋ ਜਾਂਦੇ ਹੈ। ਉਹਨਾਂ ਸਿਰ ਤੇ ਭਾਰ ਹੁੰਦਾ ਕੋਈ? ਕਹਿੰਦੇ ਨਹੀਂ, ਸਿਰ ਸਿਰੋਮਣੀ ਭਾਰ ਜੋ ਅਧਿਸ਼ਟਾਨ ਸਰੂਪ ਹੈ, ਉਹੀ ਸਰੂਪ ਉਲਟ ਕੇ ਹੋ ਜਾਂਦੇ ਹੈ। ਅਖਰੀ ਨਾਮ ਅਖਰੀ ਸਾਲਾ, ਅਖਰੀ ਨਾਮ, ਨਾਮ ਅਖਰ ਰੂਪ ਜੋ ਪਰਮੇਸ਼ਰ ਖਰਨ ਤੋਂ ਰਹਿਤ ਹੈ, ਉਹ ਖਰਨ ਤੋਂ ਰਹਿਤ ਜੀ ਦੀ ਜੋਤ ਹੈ, ਉਹਦਾ ਨਾਮ ਜਪਣਾ ਕਰੋ। ਜੋ ਖਰਨ ਤੋਂ ਰਹਿਤ ਹੈ ਉਸੇ ਦੀ ਸਿਫਤ ਕਰੋ ਉਸ ਪਰਮੇਸ਼ਰ ਦੀ। ਅਖਰੀ ਗਿਆਨ ਗੀਤ ਗੁਣ ਗਾ, ਉਸ ਖਰਨ ਤੋਂ ਰਹਿਤ ਪਰਮੇਸ਼ਰ ਦਾ ਗਿਆਨ ਧਾਰਨ ਕਰੋ, ਉਸੇ ਦੇ ਗੀਤ ਕੀਰਤਨ ਨੂੰ ਗਾਓ, ਉਹਦੇ ਗੁਣਾਂ ਦੀ ਗਾਹ ਆਸਾਨ ਸੰਗਤ ਵਿੱਚ ਮਿਲਣਾ ਕਰੋ, ਗੀਤ ਜਸਦੇ ਤਾਂ ਹੀ ਉਹਦੇ ਗੁਣਾਂ ਵਾਦ ਤਾਂ ਹੀ ਗਾਉਣਾ ਕਰੋ। ਅਖਰੀ ਲਿਖਣ ਬੋਲਣ ਬਾਣ, ਉਸ ਪਰਮੇਸ਼ਰ ਦੇ ਅਖਰ ਰੂਪ ਦੇ ਜਾਤ ਨੂੰ ਲਿਖਣਾ ਕਰੋ ਪੱਤੇ ਦੇ ਉੱਤੇ, ਰੇ ਰੂਪੀ ਕਾਗਜ਼ ਦੇ ਉੱਤੇ ਜ਼ਬਾਨ ਕਰਕੇ ਬੋਲਣਾ ਕਰੋ ਬਾਣੀ ਦੁਆਰਾ, ਉਸ ਪਰਮੇਸ਼ਰ ਨੂੰ ਹਰ ਵਕਤ ਯਾਦ ਕਰ, ਮਨ ਬਾਣੀ ਸੀਰ ਕਰਕੇ ਉਸੇ ਦੇ ਨਾਮ ਦੀ ਲਿਖਤ ਨੂੰ ਲਿਖੋ। ਭਾਵ ਕਰਮ ਕਰ ਚਿੱਤ ਲਿਖਾਰੀ, ਜੋ ਕੁਛ ਲਿਖ ਵਿਚਾਰ ਇਹ ਬਾਣੀ ਦੁਆਰਾ ਉਸੇ ਦਾ ਜਸ ਬੋਲਣਾ ਕਰੋ। ਅਖਰਾ ਸਿਰ ਸੰਜੋਗ ਵਿਖਾਣ, ਜਿਹੜੇ ਅਖਰ ਰੂਪ ਜੋ ਪਰਮੇਸ਼ਰ ਹੈ ਉਸਦੇ ਨਾਮ ਨਾਲ ਉਹਦੇ ਕਸਮ ਨਾਲ ਜਿਹਨਾਂ ਦਾ ਸੰਯੋਗ ਹੋ ਗਿਆ, ਉਹ ਸਿਰੋਮਣੀ ਹੋ ਗਏ ਸਭ ਸੰਗਤ ਜੀ, ਉਹ ਬ੍ਰਹਮ ਦਾ ਰੂਪ ਹੀ ਹੋ ਗਏ, ਜਿਹਨਾਂ ਦਾ ਅਖਰ ਰੂਪ ਦੇ ਨਾਮ ਦੇ ਕਸਮ ਦੇ ਨਾਲ ਸੰਯੋਗ ਗੁਰਾਂ ਦੁਆਰਾ ਜਿਹਨਾਂ ਦਾ ਹੋਇਆ, ਉਹ ਸਿਰੋਮਣੀ ਹੋ ਗਏ ਪਰਮੇਸ਼ਰ ਦੀ ਪ੍ਰਾਪਤੀ ਕਰਕੇ। ਜਿਨ ਇਹ ਲਿਖੇ ਤਿਸ ਸਿਰ ਨਾਲ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸ਼ਬਦ ਨੂੰ ਚਿੱਤ ਲਿਖਾਰੀ ਬਣਾ ਕੇ ਭਾਵ ਦੀ ਕਲਮ ਦੁਆਰਾ ਰੇ ਰੂਪੀ ਕਾਗਜ਼ ਲਿਖ ਲਿਆ ਹੈ, ਉਹਨਾਂ ਦੇ ਸਿਰ ਹੰਕਾਰ ਨਹੀਂ ਫਿਰ ਰਹਿੰਦਾ, ਹੰਕਾਰ ਤੋਂ ਰਹਿਤ ਹੋ ਜਾਂਦੇ, ਹੋਮੇ ਨਹੀਂ ਉਹ ਕਰਦੇ ਕਿਸੇ ਪ੍ਰਕਾਰ ਦੀ। ਜਿਵੇਂ ਫਰਮਾਏ ਤਿਵ ਤਿਵ ਪਾਰ, ਉਹ ਬ੍ਰਹਮ ਵੇਖੇ ਤਾਂ ਜਿਵੇਂ ਜਿਵੇਂ ਫਰਮਾਉਂਦੇ ਉਵੇਂ ਉਵੇਂ ਮਨ ਪ੍ਰਾਣ ਇੰਦਰੀਏ ਉਸੇ ਉਸੇ ਪ੍ਰਕਾਰ ਪ੍ਰਾਪਤ ਹੁੰਦੇ ਕੰਮਾਂ ਵਿੱਚ ਆਪਣੀ ਵੱਲੋਂ ਸੁਤੰਤਰ ਹੋ ਕੇ, ਜਿਵੇਂ ਹਰਿਆ ਪਸ਼ੂ ਹੁਣ ਮਨ ਦੌੜਿਆ ਫਿਰਦਾ ਸਾਡਾ ਗਿਆਨ ਕਾਲ 'ਚ, ਇਉਂ ਨਹੀਂ ਇਹ ਦੌੜਦੇ। ਜਿਵੇਂ ਜਿਵੇਂ ਤੱਤ ਵੇ ਤੇ ਫਰਮਾਉਂਦੇ ਉਵੇਂ ਉਵੇਂ ਜਿਹੜੇ ਜਗਿਆਸੂ ਕਰਦੇ ਹੈ ਉਹਨਾਂ ਨੂੰ ਉਸ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਵੇਂ ਉਹਨਾਂ ਨੂੰ ਪ੍ਰਾਪਤ ਹੋਈ ਹੈ। ਜੇਤਾ ਕੀਤਾ ਤੇ ਤਾਲਾ, ਜਿਹਨੇ ਸਾਰਾ ਸੰਸਾਰ ਕੀਤਾ ਹੈ, ਸਭ ਤੋਂ ਮਹਾਰਾਜ ਜੀ ਨੇ
हाथ पैर कन दे पानी धोता उतर सोखे मूत पलीती कपड़ हो दे साबुन लई तो करिए मत पापा के संग ओ तो नावे के रंग करिए हाथ पैर तन दे अज सिदन प्रश्न किया कि महाराज बुद्धि के अंदर जी पापा की मैल है किवें धोती जाती है तो सतगुरु महाराज साहब ने दृष्टांत दे के कहा हे सिद्धो भरिए हाथ पैर तन दे खेह दे नाल हाथ भर जान या पैर भर जान तन साथ खेह दे देह भर जावे जे करके तन गोडियां तो ला के विचार ला जिहड़ा घर है तन कह कह दे बाकी जी सारी अंगा समेत दे तन साथ खेह दे ये देह भर जावे सारी पानी धोता उतर सोखे भाई पानी नाल धोने करके सो शब्द दमे साहब सखा वखरा है अमृतसर साहब वाले कट्ठा ही पाठ करके उत्तर से करते है उत्तर सो खे है तो वो जड़ी खे है हथ पैर जी शरीर भरिया हुआ सारी देहरी भरी हुई है वो पानी नाल धोने करके जिवें खे मिट्टी उतर जाती है इस प्रकार परमेश्वर के नाम जपने करके पाप मिट जाते हैं। इन्होंने कहा सच्चे पातशाह तो मिट्टी भी मोटी चीज है सूल चीज है हथ पैर भी मोटी चीज है तो पापा की मैल जी सूखम है बुद्धि भी सूखम है तो सूखम ही वास्ते जपन चाहिए है तो दूजा दृष्टांत महाराज देंगे मूत पलीती कपड़ हो करके पेशाब आदक करके पलीत गलीच कपड़ा बस्त हो जावे दे साबुन लई धोने दे ला करके चाकी दे उस बस्त नो ली ओरी मैल पेशाब आदक जी गलीच पाई है सारी धोती जानी मिल जाती है जिस प्रकार ये साबुन भी महाराज सतूल है ते बस्त्र के अंदर गलीसा भी सतूल है आप सूखम दृष्टांत कोई कहो तो कहते हम दृष्टांत भरिए मत पापा के संग बुद्धि जी की पापा के नाल भर जावे ओह धोपै नावे के रंग परमेश्वर के नाम के रंग प्रेम करके बुद्धि धोती जाती है बुद्ध ताई जे धोना हो अपनी मत दे ताई नाम का सलून ला के प्रेम का रंग पानी पा के धोती जाती है उन्नी पापी आखण ला महाराज परमेश्वर के नाम नहीं आखते उन्हों की हालत है महाराज कहते पुन्नी अपने आप न कहाने वाले जो लोग है वाहगुरु नहीं आखते पापी इन्ने हो गए कहे नहीं जाते इन्ने पापी बन जाते हैं जो परमेश्वर के नाम नहीं आखते वह पुन्नी पुरुष भी पापी हो जाते हैं ते जेड़े महाराज सच्चे पातशाह दे परमेश्वर दे नाम नूं पापी अजा मर वर्गे आखदे रहे है महाराज कहिंदे नूं पापी पुन्नी आखण ओह पापी वी इन्ने पुन्नी बन गए ओह आखे नहीं जांदे इन्ने पापियां तों उलट के पुन्नी बन जांदे है परमेश्वर दे नाम नूं जपने करके ते महाराज सारे लोग कहिंदे है नाम नूं तां महाराज कहिंदे नूं पापी पुन्नी आखण है जेड़े पुन्नी लोग आ ओह वी आखदे नूं कहिंदे दान तां कर दित्ता है पुन्न दान करदा रब दा नाम जपण दी की लोड़ है पुन के फल नाल ही असीं मुक्त हो जावांगे ते जिहड़े पापी लोग आ ओह वी वाहिगुरू नूं आखदे नहीं हनगे ओहदा की कारण ओह कहिंदे रब धन देवे सानूं पदार्थ देवे तां पुन दान करिए क्यों पापी वी रह जांदे परमेश्वर दे नाम आखण तों पुन्नी वी नहीं आखदे महाराज दे नाम नूं ते पापी वी नाम नूं परमेश्वर दे नूं आखदे नहीं हन आखण ना जे उस ना परमेश्वर नूं पति नूं आखण पर ना ओह शब्द जिथे हुंदा उकल नाल हुंदा है ना ओह ना पति दा है जां मुकदे नाल हुंदा है खाली रह गए अमृत सारे जनमाने पर तक गुरु निस्तारे।
साहिब कमाल श्री गुरु गोबिंद सिंह जी महाराज वालों चलाई गई दमदमी टकसाल के बारहवें मुखी सचखंड वासी ज्ञानी गुरबचन सिंह जी वालों दसम पातशाह के पावन स्वरूप धन धन श्री गुरु ग्रंथ साहिब जी की बाणी की संपूर्ण लड़ीवार कथा आरंभ होने जा रही है। दरबार साहिब संत ज्ञानी हरनाम सिंह जी खालसा पिंडरांवाले मुखी दमदमी टकसाल जत्था पिंडरां महिता अमृतसर।